ਸ੍ਰੀ ਤੇਗ ਬਹਾਦਰ ਗੁਰ ਜੀ ਬ੍ਰਿੰਦ ਤੀਰਥਨ ਤੀਰ ਨਿਵਾਸ ਸਭ ਅਸਥਾਨ ਦਾਨ ਦੇ ਮਾਨੰਦ ਪਾਵਨ ਤੇ ਪਾਵਨ ਕਰਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਵਿੱਤਰ ਚਰਣਾਂ 'ਚ ਜੁੜ ਬੈਠੀ ਸਵਾਏਮਾਨ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ, ਲਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਨਿਰੰਕਾਰ ਅਕਾਲ ਵਾਹਿਗੁਰੂ ਪਰਮੇਸ਼ਰ ਜੀ ਨੇ ਦੁਸ਼ਟ ਦਮਨ ਜੀ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਮਾਤ ਲੋਕ ਦੀ ਧਰਤੀ 'ਤੇ ਦੂਸਰਾ ਜਨਮ ਧਾਰਨ ਕਰੋ ਔਰ ਪੰਥ ਦੀ ਸਾਜਨਾ ਕਰੋ, ਜਿਹੜਾ ਪੰਥ ਅਕਾਲ ਦਾ ਪੰਥ ਹੋਵੇ, ਖਾਲਸਾ ਪੰਥ ਹੋਵੇ। ਕਿਉਂਕਿ ਖਾਲਸੇ ਦਾ ਮਤਲਬ ਹੁੰਦਾ ਹੈ, ਖਾਲਸਾ ਉਸ ਜ਼ਮੀਨ ਨੂੰ ਉਸ ਜਗ੍ਹਾ ਨੂੰ ਕਹਿੰਦੇ ਨੇ ਜਿਸ ਜ਼ਮੀਨ ਦਾ ਸੰਬੰਧ ਸਿੱਧਾ ਸਰਕਾਰ ਨਾਲ ਹੁੰਦਾ ਔਰ ਉਹਦੇ 'ਤੇ ਕੋਈ ਟੈਕਸ ਕੋਈ ਕਰ ਨਹੀਂ ਹੁੰਦਾ, ਉਹਦਾ ਲੈਣ ਦੇਣ ਉਸ ਜ਼ਮੀਨ ਦੇ ਵੇਚਣ ਖਰੀਦਣ ਦਾ ਸਾਰਾ ਪ੍ਰਬੰਧ ਸਰਕਾਰ ਕੋਲ ਹੈ, ਉਹਨੂੰ ਖਾਲਸ ਕਹਿੰਦੇ। ਕਹਿੰਦੇ ਜਾ ਕੇ ਖਾਲਸੇ ਪੰਥ ਦੀ ਸਾਜਨਾ ਕਰੋ, ਜਿਸ ਖਾਲਸੇ ਦਾ ਸੰਬੰਧ ਸਿੱਧਾ ਮੇਰੇ ਨਾਲ ਹੋਵੇ, ਅਕਾਲ ਪੁਰਖ ਨਾਲ ਹੋਵੇ। ਕਲਗੀਧਰ ਨੇ ਬੇਨਤੀ ਕੀਤੀ ਦੁਸ਼ਟ ਦਮਨ ਜੀ ਨੇ, ਮਹਾਰਾਜ ਪੰਥ ਤਾਂ ਸਾਜਾਂਗਾ ਪਰ ਉਹ ਪੰਥ ਸਾਜਿਆ ਤਾਂ ਜਾਏਗਾ ਜੇ ਤੁਹਾਡੀ ਸਹਾਇਤਾ ਪ੍ਰਾਪਤ ਹੋਵੇਗੀ। ਅਕਾਲ ਪੁਰਖ ਜੀ ਨੇ ਬਚਨ ਕੀਤਾ, ਤੁਹਾਡੇ ਵਿੱਚ ਅਸੀਂ ਵਰਤ ਰਹੇ ਹਾਂ, ਮੇਰੇ ਤੁਸੀਂ ਪੁੱਤਰ ਹੋ ਅਤੇ ਪੁੱਤਰ ਅਤੇ ਪਿਤਾ ਵਿੱਚ ਕੋਈ ਭੇਦ ਨਹੀਂ ਹੁੰਦਾ, ਤੁਸੀਂ ਜਾ ਕੇ ਅਵਤਾਰ ਲਵੋ, ਜਨਮ ਧਾਰੋ। ਦੁਸ਼ਟ ਦਮਨ ਜੀ ਅਕਾਲ ਪੁਰਖ ਜੀ ਦੀ ਆਗਿਆ ਮੰਨ ਕੇ ਹੇਮਕੁੰਡ ਸਾਹਿਬ ਪਰਬਤ 'ਤੇ ਵਾਪਸ ਆਏ। ਹਾਲਾਂਕਿ ਦੁਸ਼ਟ ਦਮਨ ਜੀ ਨੇ ਇਹ ਵੀ ਕਿਹਾ, ਚੇਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸਰੁਤ ਪ੍ਰਭ ਚਰਨਨ ਮੈਂ। ਪਰ ਅਕਾਲ ਪੁਰਖ ਜੀ ਨੇ ਹੁਕਮ ਕੀਤਾ ਸੀ, ਉਸ ਹੁਕਮ ਦੀ ਪਾਲਣਾ ਕਰਦਿਆਂ ਦੁਸ਼ਟ ਦਮਨ ਜੀ ਹੇਮਕੁੰਟ ਪਰਬਤ 'ਤੇ ਆਏ। ਜਿੰਨੇ ਇਹਨਾਂ ਦੇ ਚੇਲੇ ਸੀ ਉਹਨਾਂ ਨੂੰ ਹੁਕਮ ਕੀਤਾ, ਜਾਓ ਤੁਸੀਂ ਵੀ ਧਰਤੀ 'ਤੇ ਜਾ ਕੇ ਜਨਮ ਲੈ ਲਓ, ਅਸੀਂ ਵੀ ਆਵਾਂਗੇ ਔਰ ਤੁਸੀਂ ਸੂਰਮੇ ਬਣ ਕੇ ਬਹਾਦਰ ਬਣ ਕੇ ਜੰਗ ਦੇ ਮੈਦਾਨ ਵਿੱਚ ਮਲੇਛਾਂ ਨਾਲ ਜੂਝੋਗੇ, ਜੇ ਜੂਝਦਿਆਂ ਜਿੱਤ ਪ੍ਰਾਪਤ ਕਰੋਗੇ ਤਾਂ ਰਾਜੇ ਹੋ ਜਾਓਗੇ, ਸ਼ਹੀਦੀ ਪ੍ਰਾਪਤ ਕਰੋਗੇ ਤਾਂ ਅੱਗੇ ਮੇਰੇ ਸਰੂਪ ਵਿੱਚ ਹੀ ਤੁਹਾਨੂੰ ਅਭੇਦਤਾ ਪ੍ਰਾਪਤ ਹੋ ਜਾਏਗੀ। ਦੁਸ਼ਟ ਦਮਨ ਜੀ ਨੇ ਹੇਮਕੁੰਟ ਸਾਹਿਬ ਜੋ ਪਵਿੱਤਰ ਸਰੋਵਰ ਹੈ ਉਹਦੇ ਵਿੱਚ ਇਸ਼ਨਾਨ ਕੀਤਾ ਹੈ ਔਰ ਇੱਕ ਉੱਚੇ ਸਥੰਡਲ 'ਤੇ ਆਪਣੇ ਸਰੀਰ ਨੂੰ ਘਾਹ ਦੇ ਕਿਣਕੇ ਸਮਾਨ ਤਿਆਗ ਦਿੱਤਾ ਹੈ। ਵਿਵਾਨ 'ਚ ਬੈਠ ਕੇ ਦੇਵਤਿਆਂ ਦੇ ਸਤਿਕਾਰ ਸਹਿਤ ਨਿਰੰਕਾਰ ਦੇ ਦੇਸ਼ ਪਹੁੰਚੇ ਨੇ। ਇੱਧਰ ਤ੍ਰਿਵੇਣੀ ਯਾਨੀ ਕਿ ਇਲਾਹਾਬਾਦ ਪ੍ਰਯਾਗਰਾਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਮਾਤਾ ਜੀ ਆਰਾਧਨਾ ਕਰ ਰਹੇ ਨੇ। ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪਰ ਸਨ ਗੁਰਦੇਵਾ।
तो जिस प्रकार नाल कलगीधर पातशाह जी महाराज जी का प्रकाश हो रहा है, आओ संगत जी दशमेश पिता सरबंस दानी चिट्टियां बाजां वाले सतगुरु श्री गुरु गोबिंद सिंह साहिब जी महाराज जी दे पवित्र चरण कमलों का ध्यान अपने हिरदयां च धारण करदे होया आप दे जीवन ते रसना दे कल्याण निमित समूह माई भाई आखो जी सतनाम श्री वाहे गुरु साहिब जी सतनाम श्री वाहे गुरु साहिब जी सवैया छंद इत सिर तेग बहादुर गुर जी ਬ੍ਰਿੰਦ ਤੀਰਥਨ ਤੀਰ ਨਿਵਾਸ ਇੱਧਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਜੇ ਪਾਤਸ਼ਾਹ ਜੀ ਮਹਾਰਾਜ ਨੌਵੇਂ ਪਾਤਸ਼ਾਹ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਜੀ ਅਨੇਕਾਂ ਤੀਰਥਾਂ ਦਾ ਰਟਨ ਕਰ ਰਹੇ ਨੇ ਔਰ ਇਲਾਹਾਬਾਦ ਵਿਖੇ ਪ੍ਰਯਾਗਰਾਜ ਤੀਰਥ 'ਤੇ ਸਤਿਗੁਰੂ ਜੀ ਨੇ ਨਿਵਾਸ ਕੀਤਾ ਹੈ ਸਭ ਅਸਥਾਨ ਦਾਨ ਦੇ ਮਾਨੰਦ ਔਰ ਸਾਰੇ ਸੰਸਾਰ ਦੇ ਅੰਦਰ ਜਿੱਥੇ ਇਹ ਤੀਰਥ ਨੇ ਇਹਨਾਂ ਤੀਰਥਾਂ 'ਤੇ ਸਤਿਗੁਰੂ ਜੀ ਅਨੇਕਾਂ ਜੀਵਾਂ ਨੂੰ ਦਾਨ ਕਰ ਰਹੇ ਨੇ ਮਹਾਰਾਜ ਕਲਗੀਧਰ ਜੀ ਨੇ ਇਸ ਦਾਨ ਦੇਣ ਦੇ ਸੰਬੰਧ 'ਚ ਬਚਨ ਲਿਖੇ ਵੀ ਨੇ ਪੁੰਨ ਦਾਨ ਦਿਨ ਕਰਤ ਬਿਤਏ ਯਾਨੀ ਕਿ ਦਾਨ ਕਰਦੇ ਨੇ ਮਹਾਰਾਜ ਜੀ ਬਹੁਤ ਸਾਰਿਆਂ ਮਨੁੱਖਾਂ ਨੂੰ ਪਾਵਨ ਤੇ ਪਾਵਨ ਕਰਤਾਸ ਆਪਣੇ ਪਵਿੱਤਰ ਚਰਨਾਂ ਨੂੰ ਇਸ ਤੀਰਥ 'ਤੇ ਪਾ ਕੇ ਇਲਾਹਾਬਾਦ ਦੇ ਇਸ ਤੀਰਥ ਨੂੰ ਪਾਵਨ ਕਰ ਰਹੇ ਨੇ ਪਵਿੱਤਰ ਕਰ ਰਹੇ ਹਨ ਜਗ ਹੋਮ ਦਛਨਾ ਬਹੁ ਕੰਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਈਆਂ ਨੂੰ ਸਵਰਨ ਦਾਨ ਵੀ ਕਰਦੇ ਨੇ ਬਹੁਤ ਸਾਰੇ ਲੋੜਵੰਦ ਆਉਂਦੇ ਨੇ ਕਹਿੰਦੇ ਮਹਾਰਾਜ ਜੀ ਅਸੀਂ ਯੱਗ ਆਦਿਕ ਕਰਨਾ ਚਾਹੁੰਦੇ ਹਾਂ ਉਹਦੇ ਲਈ ਦਾਨ ਚਾਹੀਦਾ ਮਹਾਰਾਜ ਜੀ ਉਹਨਾਂ ਨੂੰ ਵੀ ਦਾਨ ਦੇ ਕੇ ਨਿਵਾਜਦੇ ਹਨ ਸਾਧਨ ਦਿਜਨ ਰੰਕ ਜਿਰਾਸ ਬੜੇ ਬੜੇ ਸਾਧੂ ਆ ਕੇ ਮੰਗਦੇ ਨੇ ਪਾਤਸ਼ਾਹ ਨੌਵੇਂ ਗੁਰਦੇਵ ਦੇ ਕੋਲੋਂ ਬੜੇ ਬੜੇ ਭਿਖਾਰੀ ਵੀ ਆ ਕੇ ਮੰਗਦੇ ਨੇ ਕਈ ਬ੍ਰਾਹਮਣ ਕਿਉਂਕਿ ਇਹਨਾਂ ਤੀਰਥਾਂ ਦੇ ਉੱਤੇ ਅਕਸਰ ਤੁਸੀਂ ਹੁਣ ਵੀ ਜਾਓ ਬ੍ਰਾਹਮਣ ਲੋਕ ਦਾਨ ਮੰਗਦੇ ਤੁਹਾਨੂੰ ਨਜ਼ਰ ਆਉਂਦੇ ਨੇ ਅਤੇ ਉਦੋਂ ਵੀ ਸਨ ਇਸ ਕਰਕੇ ਕਹਿੰਦੇ ਜਿੱਥੇ ਸਾਧੂ ਮੰਗਦੇ ਨੇ ਮਹਾਰਾਜ ਜੀ ਕੋਲੋਂ ਭਿਖਾਰੀ ਮੰਗਦੇ ਨੇ ਆ ਕੇ ਉੱਥੇ ਬਹੁਤ ਸਾਰੇ ਜਿਹੜੇ ਬ੍ਰਾਹਮਣ ਨੇ ਇਹ ਵੀ ਦਾਨ ਮੰਗਦੇ ਹਨ ਅਨਕ ਪ੍ਰਕਾਰ ਕਰਾਏ ਆਹਾਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲੰਗਰ ਵੀ ਚੱਲਦਾ ਰਹਿੰਦਾ ਹਮੇਸ਼ਾ ਨੌਵੇਂ ਪਾਤਸ਼ਾਹ ਜਿੰਨਾ ਚਿਰ ਵੀ ਇਲਾਹਾਬਾਦ ਰਹੇ ਲੰਗਰ ਨਿਰੰਤਰ ਚੱਲਦਾ ਰਿਹਾ ਉਹਨਾਂ ਲੰਗਰਾਂ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਅਨੇਕਾਂ ਪ੍ਰਕਾਰ ਦੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਤਿਆਰ ਹੁੰਦੀਆਂ ਹਨ ਦੇਤ ਅਚਾਵਤ ਸਵਾਦਨ ਰਾਸ ਔਰ ਬੜੇ ਸਵਾਦ ਨਾਲ ਬਣੇ ਹੋਏ ਭੋਜਨ ਜਿਹੜੇ ਨੇ ਉਹ ਮਹਾਰਾਜ ਜੀ ਨਾਲ ਲੋੜਵੰਦਾਂ ਨੂੰ ਸਭ ਨੂੰ ਛਕਾਉਂਦੇ ਇਹ ਨਹੀਂ ਹੈ ਕਿ ਕੇਵਲ ਕੋਈ ਇੱਕ ਵਰਗ ਦਾ ਪ੍ਰਾਣੀ ਇੱਥੇ ਆ ਸਕਦਾ ਜਾਂ ਇੱਕ ਜਾਤੀ ਦਾ ਕੋਈ ਵੀ ਸਤਿਗੁਰਾਂ ਦੇ ਲੰਗਰਾਂ ਵਿੱਚ ਆਉਂਦਾ ਹੈ ਨੌਵੇਂ ਪਾਤਸ਼ਾਹ ਜੀ ਦੇ ਲੰਗਰਾਂ ਵਿੱਚੋਂ ਸਭ ਨੂੰ ਪੇਟ ਭਰ ਕੇ ਲੰਗਰ ਛਕਣ ਨੂੰ ਪ੍ਰਾਪਤ ਹੁੰਦਾ ਹੈ ਕਿਉਂਕਿ ਜਿੱਥੇ ਸਤਿਗੁਰੂ ਤੇਗ ਬਹਾਦਰ ਨੇ ਉੱਥੇ ਨੌਵੇਂ ਪਾਤਸ਼ਾਹ ਦੇਗ ਦੇ ਵੀ ਬਹਾਦਰ ਹਨ ਇਮ ਅਨੇਕ ਹੀ ਤੀਰਥ ਕਰ ਕੇ ਇਸ ਪ੍ਰਕਾਰ ਨਾਲ ਕਿਉਂਕਿ ਇਲਾਹਾਬਾਦ ਇੱਕ ਤੀਰਥ ਨਹੀਂ ਬਹੁਤ ਸਾਰੇ ਤੀਰਥ ਸਥਾਨ ਨੇ ਉਹਨਾਂ ਸਾਰਿਆਂ ਦਾ ਮਹਾਰਾਜ ਜੀ ਭਰਮਣ ਕਰਦੇ ਨੇ ਸਾਰਿਆਂ ਤੀਰਥਾਂ 'ਤੇ ਜਾ ਕੇ ਆਪਣੇ ਚਰਨ ਪਾ ਕੇ ਉਹਨਾਂ ਤੀਰਥਾਂ ਨੂੰ ਪਵਿੱਤਰ ਕਰਦੇ ਹਨ ਤੀਰਥ ਰਾਜ ਤ੍ਰਿਵੈਣੀ ਤੀਰ ਇਹਨੂੰ ਸਾਰੇ ਤੀਰਥਾਂ ਦਾ ਰਾਜਾ ਕਿਹਾ ਜਾਂਦਾ ਤ੍ਰਿਵੇਣੀ ਇਲਾਹਾਬਾਦ ਪ੍ਰਯਾਗਰਾਜ ਨੂੰ ਪੁੰਨ ਦਾਨ ਕਰ ਦਿਵਸ ਬਿਤਾਏ ਬਹੁਤ ਸਾਰੇ ਪੁੰਨ ਕਰਮ ਕਰਦਿਆਂ ਦਾਨ ਕਰਦਿਆਂ ਯੋਗ ਸਾਧਨਾ ਕਰਦਿਆਂ ਇਹ ਯੋਗ ਸਾਧਨਾ ਯੋਗੀਆਂ ਵਾਲੀ ਨਹੀਂ ਹੈ ਗੁਰੂ ਖਾਲਸਾ ਜੀ ਇਹ ਯੋਗ ਸਾਧਨਾ ਜਿਵੇਂ ਰਾਗੀ ਸਿੰਘ ਸ਼ਬਦ ਪੜ੍ਹ ਕੇ ਗਏ ਨੇ ਨਾ ਮਹਾਰਾਜ ਜੀ ਦਾ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਰਹੀ ਹੈ ਜੋਗੀ ਕਹੀ ਹੈ ਸੋਈ
ਏਦਾਂ ਦਾ ਯੋਗ ਹੈ ਜੋ ਮਹਾਰਾਜ ਨੌਵੇਂ ਪਾਤਸ਼ਾਹ ਜੀ ਕਰਦੇ ਹਨ। ਯੋਗ ਸਮਾਧ ਬਿਖੈ ਗੰਭੀਰ, ਔਰ ਕਈ ਵਾਰ ਐਸੀ ਯੋਗ ਦੀ ਸਮਾਧੀ ਵਿੱਚ, ਬੜੀ ਗੰਭੀਰ ਸਮਾਧੀ ਹੈ ਨੌਵੇਂ ਪਾਤਸ਼ਾਹ ਦੀ, ਉਸ ਸਮਾਧੀ ਵਿੱਚ ਮਹਾਰਾਜ ਜੀ ਸਥਿਤ ਹੋ ਜਾਂਦੇ ਹਨ, ਟਿਕ ਜਾਂਦੇ ਹਨ। ਕਰੈ ਜਗ ਬਹੁ ਕੰਚਨ ਦੇਵੈ, ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰਾ ਦਾਨ ਕਰਦੇ ਨੇ, ਸਵਰਨ ਦਾਨ ਵੀ ਕਰਦੇ ਨੇ, ਚਾਹੇ ਮੋਤੀ ਆ ਜਾਣ, ਕਿਉਂਕਿ ਗੁਰਦੇਵ ਦੇ ਕੋਲ ਜਿਹੜੀ ਵਸਤੂ ਜਿਸ ਵਕਤ ਕੋਈ ਮੰਗਣ ਆਉਂਦਾ, ਜੋ ਕੋਲ ਹੁੰਦਾ, ਉਹੀ ਦਾਨ ਕਰ ਦਿੰਦੇ। ਜੇ ਸੋਨਾ ਹੁੰਦਾ, ਸੋਨਾ ਦਾਨ ਕਰ ਦਿੰਦੇ ਆ, ਜੇ ਕੋਈ ਅੰਨ ਪਿਆ, ਕੋਈ ਮਠਿਆਈ ਪਈ ਆ, ਉਹ ਦਾਨ ਕਰ ਦਿੰਦੇ ਨੇ। ਐਸੇ ਮਹਾਨ ਤਿਆਗੀ ਨੇ ਨੌਵੇਂ ਪਾਤਸ਼ਾਹ, ਪਾਟੰਬਰ ਪਾਸ਼ੰਬਰ ਚੀਰ, ਔਰ ਜੇ ਕੋਈ ਵਸਤਰ ਪਏ ਨੇ ਕੋਲ ਕੀਮਤੀ, ਚਾਹੇ ਪਸ਼ਮੀਨੇ ਦੇ ਨੇ, ਰੇਸ਼ਮ ਦੇ ਨੇ, ਕੋਈ ਮੰਗਣ ਆ ਗਿਆ ਨਾ, ਤੇ ਮਹਾਰਾਜ ਜੀ ਉਹੀ ਚੁੱਕ ਕੇ ਦਿੰਦੇ, ਕਹਿੰਦੇ ਲੈ ਭਾਈ ਆਹ ਲੈ ਜਾ। ਏਡੇ ਵੱਡੇ ਦਾਨੀ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ, ਬਹੁਤ ਮੋਲ ਕੇ ਦੁਰਲਭ ਸੁੰਦਰ, ਬੜੇ ਕੀਮਤੀ ਦੁਰਲਭ ਵਸਤਰ ਜਿਹੜੇ ਆਮ ਕਰਕੇ ਪ੍ਰਾਪਤ ਨਹੀਂ ਹੁੰਦੇ ਹਰ ਇੱਕ ਨੂੰ। ਮਹਾਰਾਜ ਜੀ ਦੇ ਕੋਲ ਤਾਂ ਗੁਰਸਿੱਖ ਲੈ ਕੇ ਆਉਂਦੇ ਸਨ ਦੂਰੋਂ ਦੂਰੋਂ, ਤੇ ਉਹ ਆਮ ਲੋਕਾਂ ਦੀ ਪਹੁੰਚ ਤੋਂ ਬੜੀ ਦੂਰ ਸਨ ਇਹੋ ਜਿਹੇ ਕੀਮਤੀ ਵਸਤਰ। ਔਰ ਬੜੇ ਬੜੇ ਕੀਮਤੀ ਗਹਿਣੇ, ਮੋਤੀ, ਹੀਰੇ ਤੱਕ ਵੀ ਜੇ ਆ ਜਾਣ ਤੇ ਮਹਾਰਾਜ ਜੀ ਉਹ ਵੀ ਦੇ ਦਿੰਦੇ, ਲੈ ਜਾਓ ਭਾਈ। ਏਡੇ ਵੱਡੇ ਮਹਾਨ ਤਿਆਗੀ ਮਹਾਰਾਜ ਗਰੀਬ ਨਵਾਜ ਸਾਹਿਬ ਨੌਵੇਂ ਪਾਤਸ਼ਾਹ ਦਾਨੀਆਂ ਵਿੱਚੋਂ ਮਹਾਨ ਦਾਨੀ ਹਨ। ਵੇਦ ਪਾਠ ਕੇ ਪਿਪਸੋ ਕਰਮੀ, ਔਰ ਬਹੁਤ ਸਾਰੇ ਜਿਹੜੇ ਕਰਮ ਕਾਂਡੀ ਵਿਪਰ ਨੇ, ਬ੍ਰਾਹਮਣ ਨੇ, ਜਿਹੜੇ ਵੇਦਾਂ ਦਾ ਪਾਠ ਕਰਦੇ ਹਨ, ਸ਼ਾਂਤ ਦਾਤ ਸੁੱਚ ਸੰਜਮ ਧਾਰ, ਜਿਹੜੇ ਸ਼ਾਂਤੀ, ਸੁੱਚ, ਸੰਜਮ ਆਦਿਕ ਦੀ ਮਰਿਆਦਾ ਨੂੰ ਧਾਰਨ ਕਰਨ ਵਾਲੇ ਹਨ, ਸਮਦਰਸੀ ਸੰਤੋਸ਼ੀ ਧੀਮਤ, ਉਹ ਸਤਿਗੁਰਾਂ ਦੇ ਕੋਲ ਆਉਂਦੇ ਹੈ, ਮਹਾਰਾਜ ਜੀ ਨੂੰ ਵੇਖਦੇ ਆ, ਸਤਿਗੁਰੂ ਜੀ ਸਾਰਿਆਂ ਨੂੰ ਸਮਦ੍ਰਿਸ਼ਟੀ ਨਾਲ ਵੇਖਦੇ ਨੇ, ਸਮਦਰਸ਼ੀ ਨੇ। ਇਹ ਨਹੀਂ ਕੋਈ ਬ੍ਰਾਹਮਣ ਆਵੇ ਤੇ ਉਹਨੂੰ ਹੋਰ ਦ੍ਰਿਸ਼ਟੀ ਨਾਲ ਵੇਖਦੇ ਨੇ, ਤੇ ਕੋਈ ਸ਼ੂਦਰ ਆਵੇ ਤੇ ਉਹਨੂੰ ਹੋਰ ਦ੍ਰਿਸ਼ਟੀ ਨਾਲ, ਇੱਕ ਸਮਾਨ ਦ੍ਰਿਸ਼ਟੀ ਨਾਲ ਮਹਾਰਾਜ ਜੀ ਵੇਖਦੇ, ਔਰ ਮਹਾਨ ਸੰਤੋਸ਼ੀ ਨੇ। ਬਹੁਤ ਸਾਰੇ ਮਹਾਰਾਜ ਜੀ ਕੋਲ ਆ ਕੇ ਪਾਤਸ਼ਾਹ ਨੂੰ ਬਹੁਤ ਭੇਟਾਵਾਂ ਅਰਪਣ ਕਰਦੇ ਨੇ, ਪਰ ਗੁਰਦੇਵ ਸੰਤੋਖ ਦੇ ਸਹਿਤ ਸੰਤੋਸ਼ੀ ਨਜ਼ਰ ਆਉਂਦੇ ਹਨ। ਬਿਨ ਮਤ ਸਰ ਮੁਖ ਮਿਰਦੁਲ ਉਚਾਰ, ਔਰ ਕਈ ਬ੍ਰਾਹਮਣ ਆਉਂਦੇ ਨੇ, ਉਹ ਮਹਾਰਾਜ ਜੀ ਨਾਲ ਈਰਖਾ ਨਹੀਂ ਕਰਦੇ। ਨਹੀਂ ਤਾਂ ਅਕਸਰ ਜਿਹੜੇ ਬ੍ਰਾਹਮਣ ਲੋਕ ਹੁੰਦੇ ਹੈ, ਜਦੋਂ ਵਿਦਿਆ ਦਾ ਇਹਨਾਂ ਨੂੰ ਮਾਣ ਹੁੰਦਾ, ਈਰਖਾਲੂ ਹੋ ਜਾਂਦੇ ਹੈ। ਇਹ ਮਹਾਰਾਜ ਜੀ ਕੋਲ ਆਉਂਦੇ ਨੇ, ਵੇਖਦੇ ਨੇ, ਨਿਰਵੈਰ ਹੋ ਕੇ ਆਪਣੇ ਹਿਰਦੇ ਚੋਂ ਈਰਖਾ ਦਾ ਤਿਆਗ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਬੈਠਦੇ ਹਨ। ਸਹਿਨਸ਼ੀਲ ਅਨਕੋਲੀ ਤਪ ਕੇ, ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ ਬੜਾ ਸਹਿਨਸ਼ੀਲ ਹੈ, ਔਰ ਹਮੇਸ਼ਾ ਤਪ ਦੇ ਵਿੱਚ ਅਨੁਕੂਲ ਹੋ ਕੇ ਪਾਤਸ਼ਾਹ ਰਹਿੰਦੇ ਹਨ। ਵਿਦਿਆ ਮੈਂ ਅਭਿਆਸ ਉਦਾਰ, ਔਰ ਬ੍ਰਹਮ ਵਿਦਿਆ ਦੇ ਵਿੱਚ ਮਹਾਨ ਅਭਿਆਸੀ ਹਨ ਸਤਿਗੁਰੂ ਜੀ। ਸਤਬਾਦੀ ਪਰਮਾਤਮ ਜਿਨਕੇ, ਔਰ ਮਹਾਰਾਜ ਸੱਚੇ ਪਾਤਸ਼ਾਹ ਸਤਬਾਦੀ ਹਨ। ਸਤਿਆਵਾਦੀ ਦਾ ਮਤਲਬ ਹੁੰਦਾ ਸੱਤ ਦੇ ਰਾਹ ਤੇ ਚੱਲਣ ਵਾਲੇ ਨੇ। ਹਾਂਜੀ, ਸਦਾ ਧਰਮ ਆਪਣੇ ਅਨੁਸਾਰ, ਔਰ ਸਦੈਵ ਹੀ ਆਪਣੇ ਧਰਮ ਦੇ ਅਨੁਸਾਰ ਹੀ ਹੋ ਕੇ ਵਰਤਣ ਵਾਲੇ ਹਨ। ਬ੍ਰਿੰਦ ਦਿਜੋ ਤਮ ਆਏ ਮਿਲੇ ਅਸ, ਬੜੇ ਬੜੇ ਬ੍ਰਾਹਮਣ ਜਿਹੜੇ, ਕਿਉਂਕਿ ਸਾਰੇ ਖਾਲਸਾ ਜੀ ਇੱਕੋ ਜਿਹੇ ਨਹੀਂ ਹੋਇਆ ਕਰਦੇ, ਕਈ ਵਾਰ ਕੁਝ ਬੰਦਿਆਂ ਨੂੰ ਵੇਖ ਕੇ ਉਸ ਦੇ ਨਾਲ ਜੁੜੇ ਹੋਏ, ਜਿਤਨੀ ਸ਼ਾਖਾ ਹੁੰਦੀ ਆਪਾਂ ਸਾਰਿਆਂ ਨੂੰ ਪੱਧਾ ਕਹਿ ਦਿੰਦੇ ਹਾਂ। ਸਾਰੇ ਬ੍ਰਾਹਮਣ ਮਾੜੇ ਨਹੀਂ ਹੁੰਦੇ, ਅਤੇ ਸਾਰੇ ਬ੍ਰਾਹਮਣ ਪਖੰਡੀ ਅਤੇ ਵਿਖਾਵਾਕਾਰੀ ਵੀ ਨਹੀਂ ਹੁੰਦੇ। ਉਹਨਾਂ ਬ੍ਰਾਹਮਣਾਂ 'ਚੋਂ ਬੜੇ ਬੜੇ ਬ੍ਰਾਹਮਣ ਗੁਰੂ ਘਰ ਦੇ ਸੇਵਕ ਵੀ ਹੋਏ ਨੇ, ਅਤੇ ਇੱਥੇ ਜਿਹੜੇ ਬ੍ਰਾਹਮਣ ਮਹਾਰਾਜ ਜੀ ਕੋਲ ਆਉਂਦੇ ਨੇ, ਇਹ ਸੱਤ 'ਤੇ ਚੱਲਣ ਵਾਲੇ ਨੇ, ਸਮਦ੍ਰਿਸ਼ਟੀ ਰੱਖਣ ਵਾਲੇ ਨੇ, ਧਰਮ ਦੇ ਅਨੁਸਾਰੀ ਨੇ, ਔਰ ਮਹਾਰਾਜ ਜੀ ਦੇ ਨਾਲ ਸੁਹਿਰਦ ਚਰਚਾ ਕਰਨ ਦੀ ਬਿਰਤੀ ਰੱਖਦੇ ਨੇ। ਬ੍ਰਹਮ ਚਰਚਾ ਕਰਨ ਵਾਸਤੇ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦੇ ਨੇ, ਔਰ ਨੌਵੇਂ ਪਾਤਸ਼ਾਹ ਜੀ ਨੂੰ ਮਿਲਦੇ ਹਨ। ਸ੍ਰੀ ਗੁਰ ਕੋ ਜਸ ਕਾਨ ਸੁਨੇ, ਇਹਨਾਂ ਨੇ ਸਤਿਗੁਰਾਂ ਦਾ ਜਸ
ਸਤਿਗੁਰਾਂ ਦੀ ਮਹਿਮਾ ਆਪਣੀਆਂ ਕੰਨਾਂ ਨਾਲ ਸੁਣੀ ਹੈ। ਸੋਡ ਸੁਬੰਸ ਕੇ ਪੂਖਣ ਉਤਮ, ਸੁਣਿਆ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਸੋਡੀਆਂ ਦੀ ਬੰਸ਼ ਦੇ ਪੂਖਣ ਹਨ, ਸੋਡੀਆਂ ਦੀ ਬੰਸ਼ ਦੇ ਅਵਤੰਸ਼ ਹਨ। ਉੱਤਮ ਧੀਰ ਉਦਾਰ ਬਿਲਾਸ ਗੁਣੇ, ਔਰ ਉੱਤਮ ਹਨ, ਧੀਰਜ ਦੇ ਧਾਰਨੀ ਹਨ, ਉਦਾਰ ਤੇ ਵਿਸ਼ਾਲ ਗੁਣਾਂ ਦੇ ਮਾਲਕ ਹਨ। ਦਾਨ ਕੁਦੀਤ ਹੈ ਮਾਨ ਕੁਦੀਤ ਹੈ, ਸਤਿਗੁਰੂ ਜੀ ਦੀ ਸ਼ਰਨ ਚ ਆਉਣ ਵਾਲਿਆਂ ਨੂੰ ਮਹਾਰਾਜ ਸਭ ਨੂੰ ਦਾਨ ਦਿੰਦੇ ਨੇ, ਕੱਲਾ ਦਾਨ ਹੀ ਨਹੀਂ ਦਿੰਦੇ, ਨਾਲ ਮਹਾਰਾਜ ਜੀ ਮਾਨ ਵੀ ਦਿੰਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਆਮ ਕਰਕੇ ਜਦੋਂ ਸਧਾਰਨ ਵਿਅਕਤੀ ਸਾਡੇ ਵਰਗੇ ਦਾਨ ਕਰਦੇ ਨੇ ਨਾ ਕਿਸੇ ਨੂੰ, ਤੇ ਦਾਨ ਕਰਨ ਤੋਂ ਬਾਅਦ ਉਹਨਾਂ ਦੇ ਅੰਦਰ ਹੰਕਾਰ ਹੁੰਦਾ, ਜਿਸ ਨੂੰ ਦਾਨ ਦਿੰਦੇ ਨੇ ਉਹਨਾਂ ਨੂੰ ਨੀਵਾਂ ਵਿਖਾਲਦੇ ਨੇ ਕਿ ਅਸੀਂ ਤੈਨੂੰ ਦਾਨ ਦਿੱਤਾ, ਤੂੰ ਨੀਵਾਂ ਹੈ। ਆ ਬੜਾ ਕੁਝ ਵੇਖਣ ਨੂੰ ਮਿਲਦਾ ਸਮਾਜ ਵਿੱਚ, ਕਈਆਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹੈ, ਬੜੀ ਸ਼ੋਸ਼ੇਬਾਜ਼ੀ ਕਰਕੇ, ਬੜੇ ਬੜੇ ਅਡੰਬਰ ਕਰਕੇ ਉਹਨਾਂ ਨੂੰ ਵਿਖਾਇਆ ਜਾਂਦਾ ਵੀ ਅਸੀਂ ਤੁਹਾਡੇ 'ਤੇ ਬੜਾ ਅਹਿਸਾਨ ਕਰਕੇ ਦਾਨ ਕਰ ਰਹੇ ਹਾਂ। ਖਾਲਸਾ ਜੀ, ਦਾਨ ਦੇਣ ਦਾ ਮਤਲਬ ਜਿਸ ਨੂੰ ਦਾਨ ਦੇਣਾ ਉਹਨੂੰ ਇਕੱਲਾ ਦਾਨ ਹੀ ਨਹੀਂ ਦੇਣਾ, ਉਹਨੂੰ ਮਾਣ ਵੀ ਦੇਣਾ ਕਿ ਸੱਜਣਾ ਮੈਂ ਆਪਣੇ ਪੱਲਿਓਂ ਨਹੀਂ ਪਿਆ ਦਿੰਦਾ, ਜੋ ਮੇਰੇ ਮਾਲਕ ਨੇ ਦਿੱਤਾ ਉਹਦੇ ਦਿੱਤੇ 'ਚੋਂ ਤੈਨੂੰ ਦੇ ਰਿਹਾ, ਜਿਸ ਦਾ ਮੈਂ ਮੰਗਤਾ ਉਸੇ ਦਾ ਤੂੰ ਮੰਗਤਾ ਹੈ। ਇਹ ਬਿਰਤੀ ਹੁੰਦੀ ਆ ਦਾਨ ਕਰਨ ਦੀ, ਜਿਸ ਦਾਤੇ ਦੇ ਦਰ ਦਾ ਮੈਂ ਮੰਗਤਾ ਉਸੇ ਦਾ ਤੂੰ ਹੈ, ਮੈਨੂੰ ਉਹਨੇ ਦਿੱਤਾ ਉਹਦੇ ਦਿੱਤੇ 'ਚੋਂ ਮੈਂ ਤੈਨੂੰ ਦੇਣ ਲੱਗਾ, ਅਤੇ ਉਹਦੇ ਦਿੱਤੇ 'ਚੋਂ ਦਿੱਤਾ ਅਤੇ ਕੀ ਦਿੱਤਾ। ਆਪਣੇ ਇੱਥੇ ਪਟਿਆਲੇ ਸ਼ਹਿਰ ਵਿੱਚ ਹੀ ਮਹਾਂਪੁਰਸ਼ ਹੋਏ ਸੰਤ ਕਮਾਲੀ ਵਾਲੇ, ਉਹਨਾਂ ਨੂੰ ਕਹਿੰਦੇ ਸਨ, ਕੁਝ ਮਾਤਾਵਾਂ ਬਜ਼ੁਰਗਾਂ ਨੇ ਉਹਨਾਂ ਦੀ ਸੰਗਤ ਕੀਤੀ, ਇੱਕ ਮਾਤਾ ਜੀ ਨੇ ਬਚਨ ਸੁਣਾਏ, ਕਹਿੰਦੇ ਉਹ ਅਕਸਰ ਇਹ ਕਿਹਾ ਕਰਦੇ ਸਨ ਕਿ ਉਹਦੇ ਦਿੱਤੇ 'ਚੋਂ ਦਿੱਤਾ ਅਤੇ ਕੀ ਦਿੱਤਾ। ਸੋ ਕਹਿਣ ਤੋਂ ਭਾਵ ਇੱਥੇ ਮਹਾਰਾਜ ਜੀ ਜਿੱਥੇ ਦਾਨ ਦਿੰਦੇ ਨੇ ਨਾ, ਦਾਨ ਦੇ ਨਾਲ ਉਹਨਾਂ ਨੂੰ ਮਾਣ ਦਿੰਦੇ ਨੇ, ਉਹਨਾਂ ਨੂੰ ਹੀਣ ਭਾਵ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਸਤਿਗੁਰਾਂ ਕੋਲੋਂ ਦਾਨ ਲੈ ਰਹੇ ਹਾਂ, ਕਿਉਂਕਿ ਦਾਨ ਦੇ ਨਾਲ ਨਾਲ ਮਹਾਰਾਜ ਉਹਨਾਂ ਦਾ ਸਤਿਕਾਰ ਵੀ ਬਹਾਲ ਰੱਖਦੇ ਨੇ। ਗਿਆਨ ਉਕਦੇਤ ਹੈ ਆਸ ਪੁਨੇ, ਮਹਾਰਾਜ ਜੀ ਗਿਆਨ ਵੀ ਬਖਸ਼ਦੇ ਨੇ, ਔਰ ਜਿੱਥੇ ਗਿਆਨ ਬਖਸ਼ਦੇ ਨੇ ਉੱਥੇ ਆਪਣੀ ਸ਼ਰਨ ਆਇਆਂ ਦੀਆਂ ਆਸਾਂ ਪੂਰੀਆਂ ਕਰਦੇ ਨੇ। ਨੰਦ ਕੁਦੇਤ ਆਨੰਦ ਕੁਦੇਤ ਹੈ, ਮਹਾਰਾਜ ਜੀ ਪੁੱਤਰ ਵੀ ਦਿੰਦੇ ਨੇ ਜਿਹੜੇ ਕੋਈ ਸ਼ਰਨ ਚ ਆ ਕੇ। ਨੰਦ ਕੁਦੇਤ, ਨੰਦ ਨਾਮ ਹੁੰਦਾ ਪੁੱਤਰ ਦਾ, ਜੇ ਕੋਈ ਪੁੱਤਰ ਦੀ ਕਾਂਖਾ ਰੱਖ ਕੇ ਆਉਂਦਾ ਨੂੰ ਪੁੱਤਰ ਦੇ ਦਿੰਦੇ ਨੇ ਆਨੰਦ ਕੁਦੇਤ, ਅਤੇ ਜੇ ਕੋਈ ਆਨੰਦ ਦੀ ਇੱਛਾ ਲੈ ਕੇ ਆਉਂਦਾ ਤਾਂ ਉਹਨੂੰ ਆਨੰਦ ਵੰਡਦੇ ਹਨ। ਰੂਪ ਮੁਕੰਦ ਕੇ ਵਾਕ ਪਨੇ, ਔਰ ਜਿਹੜੇ ਵਾਕ ਜਿਹੜੇ ਬਚਨ ਪਾਤਸ਼ਾਹ ਜੀ ਆਪਣੇ ਮੁੱਖੋਂ ਉਚਾਰਦੇ ਨੇ ਉਹ ਬਚਨ ਮੁਕਤੀ ਦਾ ਦਾਨ ਦੇ ਕੇ ਨਿਵਾਜਦੇ ਨੇ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਬਚਨਾਂ ਵਿੱਚ ਮੁਕਤੀ ਹੈ, ਗੁਰਦੇਵ ਆਪਣਿਆਂ ਬਚਨਾਂ ਨਾਲ ਆਪਣੀ ਬਾਣੀ ਨਾਲ ਵੀ ਮੋਕਸ਼ ਵੰਡਦੇ ਹਨ। ਦੇਸ਼ ਵਿਦੇਸ਼ਨ ਤੇ ਦਿਜ ਆਵਤ, ਇਹ ਨਹੀਂ ਮਹਾਰਾਜ ਜੀ ਕੋਲ ਇਕੱਲੇ ਇਲਾਹਾਬਾਦ ਦੀ ਬ੍ਰਾਹਮਣ ਆ ਰਹੇ ਨੇ, ਮਹਾਰਾਜ ਜੀ ਦਾ ਜਸ ਇੰਨਾ ਫੈਲਿਆ ਕਿ ਵੱਡੇ ਵੱਡੇ ਉੱਚੀ ਜਾਤੀ ਦੇ ਜਿਹੜੇ ਬ੍ਰਾਹਮਣ ਨੇ ਉਹ ਕਹਿੰਦੇ ਏਡੇ ਮਹਾਨ ਗੁਰੂ ਨੇ, ਸਾਨੂੰ ਉਹਨਾਂ ਕੋਲ ਜਾਣਾ ਚਾਹੀਦਾ। ਉਹ ਆਪੋ ਆਪਣਿਆਂ ਨਗਰਾਂ ਤੋਂ ਚੇਚੇ ਤੌਰ 'ਤੇ ਚੱਲ ਕੇ ਵੱਡੇ ਵੱਡੇ ਬ੍ਰਾਹਮਣ ਮਹਾਰਾਜ ਜੀ ਦੀ ਸ਼ਰਨ 'ਚ ਚੱਲ ਕੇ ਆਉਂਦੇ ਨੇ, ਮਹਾਰਾਜ ਜੀ ਦੇ ਚਰਣਾਂ 'ਚੋਂ ਆ ਕੇ ਗਿਆਨ ਦੀ ਪ੍ਰਾਪਤੀ। ਹਾਲਾਂਕਿ ਉਹ ਬ੍ਰਾਹਮਣ ਬੜੇ ਵਿਦਵਾਨ ਨੇ, ਪੜ੍ਹੇ ਲਿਖੇ ਨੇ, ਪਰ ਅਸਲ ਵਿੱਦਿਆ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਨਾ ਮਿਲਦੀ, ਉਹਦੇ ਤੋਂ ਖਾਲੀ ਸਨ। ਉਹ ਵਿੱਦਿਆ ਲੈਣ ਲਈ ਜਿਸ ਨੂੰ ਬ੍ਰਹਮ ਵਿੱਦਿਆ ਕਹਿੰਦੇ ਗੁਰੂ ਖਾਲਸਾ ਜੀ, ਉਹ ਤਾਂ ਗੁਰੂ ਸਾਹਿਬ ਦੀ ਦਇਆ ਨਾਲ ਹੀ ਮਿਲਦੀ ਹੈ, ਉਹ ਲੈਣ ਲਈ ਮਹਾਰਾਜ ਜੀ ਦੇ ਚਰਣਾਂ 'ਚੋਂ ਹਾਜ਼ਰ ਹੁੰਦੇ ਨੇ। ਭਾਵਤ ਹੈ ਤਨ ਕੋ ਮਾਨ ਪਾਇਓ, ਨਾਲੇ ਉਹਨਾਂ ਨੂੰ ਮਹਾਰਾਜ ਜੀ ਧਨ ਵੀ ਬਖਸ਼ਦੇ ਨਾਲੇ ਮਾਣ ਵੀ ਬਖਸ਼ਦੇ। ਇਹ ਨਹੀਂ ਵੀ ਇਕੱਲਾ ਬ੍ਰਾਹਮਣਾਂ ਨੂੰ ਕੋਈ ਵੀ ਆ ਰਿਹਾ, ਚਾਹੇ ਉਹ ਛੱਤਰੀ ਨੇ, ਚਾਹੇ ਉਹ ਸ਼ੂਦਰ ਨੇ, ਚਾਹੇ ਵੈਸ਼ ਨੇ, ਅਤੇ ਚਾਹੇ ਮੁਸਲਮਾਨ ਵੀ ਨੇ, ਜਿਹੜਾ ਵੀ ਚੱਲ ਕੇ ਆਉਂਦਾ ਮਹਾਰਾਜ ਜੀ ਸਭ ਨੂੰ ਦਾਨ ਮਾਨ ਦੇ ਕੇ ਨਿਵਾਜਦੇ ਹਨ। ਬ੍ਰਿੰਦ ਆਹਾਰ ਸੁਕੀਨਤ ਮਾਧੁਰ, ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਸਤਿਗੁਰਾਂ ਦੇ ਲੰਗਰਾਂ 'ਚ,
ਕਿ ਲੰਗਰ ਕੋਈ ਸਧਾਰਨ ਲੰਗਰ ਨਹੀਂ ਹਨ, ਤਿੰਨ ਦੁਨੀਆਂ ਦੇ ਮਾਲਕ ਦਾ ਲੰਗਰ ਹੈ। ਵਧੀਆ ਲੰਗਰ ਗੁਰੂ ਕੇ ਲੰਗਰਾਂ 'ਚ ਤਿਆਰ ਹੁੰਦਾ। ਅੱਜ ਕੱਲ੍ਹ ਤਾਂ ਲੰਗਰਾਂ ਦੀ ਵੀ ਨਿੰਦਾ ਕਰਨ ਲੱਗ ਪਏ, ਵੇਖੋ ਜੀ ਲੰਗਰਾਂ 'ਤੇ ਹੀ ਪੈਸਾ ਖਰਚੀ ਜਾਂਦੇ। ਉਹ ਭਾਈ ਇਹ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ ਲੰਗਰ ਦੀ ਪ੍ਰਥਾ, ਉਹ ਤਾਂ ਚੱਲਦੀ ਰਹਿਣੀ ਹੈ। ਜਦੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਹੈ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਝੂਲਦਾ ਨਿਸ਼ਾਨ ਸਾਹਿਬ, ਉਹ ਹੋਕਾ ਹੀ ਇਹ ਦੇ ਰਿਹਾ ਬਈ ਇੱਥੇ ਤੁਹਾਨੂੰ ਭੋਜਨ ਵੀ ਮਿਲੇਗਾ, ਆਸਰਾ ਵੀ ਮਿਲੇਗਾ, ਆ ਜਾਓ। ਕੋਈ ਬੰਦਾ ਕਿਤੇ ਵਿਦੇਸ਼ 'ਚੋਂ ਆਇਆ ਹੋਵੇ, ਦੂਰ ਦੇਸ਼ 'ਚੋਂ ਆਇਆ ਹੋਵੇ, ਉਹਨੂੰ ਕਿਤੇ ਗੁਰਦੁਆਰਾ ਨਜ਼ਰ ਆ ਜਾਵੇ ਤਾਂ ਉਹਦੇ ਮਨ 'ਚ ਆਸ ਵੱਧ ਜਾਂਦੀ ਹੈ ਵੀ ਇੱਥੇ ਹੁਣ ਖਾਣ ਨੂੰ ਦੋ ਪ੍ਰਸ਼ਾਦੇ ਜ਼ਰੂਰ ਮਿਲ ਜਾਣਗੇ। ਹਾਂ ਇਹ ਗੱਲ ਹੋ ਸਕਦੀ ਹੈ ਕਿ ਲੰਗਰਾਂ, ਕੋਈ ਕਹਿੰਦੇ ਜੀ ਲੰਗਰਾਂ 'ਤੇ ਕਿਉਂ ਖਰਚ ਕਰਨਾ, ਹੋਰ ਪਾਸੇ ਖਰਚ ਕਰ ਲਓ। ਲੰਗਰਾਂ 'ਤੇ ਵੀ ਖਰਚ ਕਰੋ, ਪਰ ਇਹ ਸਿਧਾਂਤ ਨਹੀਂ ਹੈ ਵੀ ਇੱਕ ਚੰਗੀ ਚੀਜ਼ ਜਿਹੜੀ ਚੱਲ ਰਹੀ ਹੈ ਉਹਨੂੰ ਬੰਦ ਕਰਕੇ ਦੂਜੀ ਸ਼ੁਰੂ ਕਰ ਲਓ। ਇਹਦਾ ਕੀ ਫਾਇਦਾ ਹੋਇਆ ਵੀ ਇੱਕ ਚੰਗਾ ਕੰਮ ਛੱਡ ਕੇ ਦੂਜਾ ਐਡ ਕਰਦੇ ਜਾਓ, ਵੀ ਦੂਜਾ ਚੰਗਾ ਕੰਮ ਵੀ ਸ਼ੁਰੂ ਕਰ ਲਓ, ਵੀ ਹੋਰ ਕੰਮ ਵੀ ਉਹ ਕਰੋ ਜਿਹੜੇ ਲੋੜਦੇ ਹੈ। ਖੈਰ ਮਹਾਰਾਜ ਜੀ ਦੇ ਲੰਗਰ ਜਿਹੜੇ ਚੱਲਦੇ ਨੇ ਨਾ ਨੌਵੇਂ ਪਾਤਸ਼ਾਹ ਦੇ, ਕਹਿੰਦੇ ਅਨੇਕਾਂ ਪ੍ਰਕਾਰ ਦੇ ਸੁੰਦਰ ਸਵਾਦਿਸ਼ਟ ਭੋਜਨ ਉਹ ਮਹਾਰਾਜ ਜੀ ਦੇ ਲੰਗਰ ਵਿੱਚ ਵਰਤਦੇ ਹਨ। ਪੂਰਕ ਮੋਦਕ ਪੂਪ ਖਵਾਇਓ, ਇਹ ਨਹੀਂ ਵੀ ਲੰਗਰ, ਕਹਿੰਦੇ ਪੂੜੀਆਂ ਵੀ ਬਣਦੀਆਂ ਮਹਾਰਾਜ ਜੀ ਦੇ ਲੰਗਰਾਂ 'ਚ, ਲੱਡੂ ਵੀ ਵਰਤਦੇ ਨੇ ਅਤੇ ਭਾਂਤ ਭਾਂਤ ਦੇ ਪਕਵਾਨ ਵਰਤਦੇ ਨੇ। ਇਹ ਨਹੀਂ ਵੀ ਗੁਰੂ ਸਾਹਿਬ ਜੀ ਦੇ ਲੰਗਰਾਂ 'ਚ ਇਹ ਥੋੜ੍ਹੀ ਆ ਵੀ ਉਹ ਉਂਗਲ ਉਂਗਲ ਮੋਟੀਆਂ ਰੋਟੀਆਂ ਤੋਂ ਵੀ ਸੜੀਆਂ ਉਹ ਵਰਤਣ, ਇਹ ਨਹੀਂ। ਗੁਰੂ ਕੇ ਲੰਗਰਾਂ ਦੇ ਵਿੱਚ ਮਹਾਰਾਜ ਜੀ ਦੇ ਲੰਗਰ ਵਧੀਆ ਭਲੀ ਪ੍ਰਕਾਰ ਨਾਲ ਵਰਤਦੇ ਆ। ਹਾਂਜੀ ਪੰਚਾਮਰਤ ਹੋਤ ਰਹਾ ਨਿਤ, ਔਰ ਖਾਲਸਾ ਜੀ ਨਾਲ ਕੜਾ ਪ੍ਰਸ਼ਾਦ ਦੀ ਦੇਗ ਦੇਸੀ ਘਿਓ ਦੀ। ਪੰਚਾਮ੍ਰਿਤ, ਪੰਚਾਮ੍ਰਿਤ ਇਹਨੂੰ ਤਾਂ ਕਹਿੰਦੇ ਵੀ ਪੰਜ ਅੰਮ੍ਰਿਤਾਂ ਦੇ ਮੇਲ ਨਾਲ ਇਹ ਤਿਆਰ ਹੁੰਦੀ ਹੈ, ਅਗਨੀ ਜਲ ਔਰ ਘਿਓ ਆਟਾ ਅਤੇ ਖੰਡ ਮਿੱਠਾ, ਪੰਜ ਹੀ ਅੰਮ੍ਰਿਤ ਹੋ ਗਏ। ਉਹ ਪੰਜਾਂ ਅੰਮ੍ਰਿਤਾਂ ਦੇ ਨਾਲ ਮਿਲਿਆ ਹੋਇਆ ਤਿਆਰ ਹੋਇਆ ਨੂੰ ਪੰਚਾਮ੍ਰਿਤ ਕਹਿੰਦੇ ਕੜਾ ਪ੍ਰਸ਼ਾਦ ਨੂੰ। ਅਤੇ ਮਹਾਰਾਜ ਜੀ ਦੇ ਕੋਲ ਖੁੱਲ੍ਹਾ ਤਿਆਰ ਹੁੰਦਾ ਕੜਾ ਪ੍ਰਸ਼ਾਦ ਦਾ ਛਾਂਦਾ, ਉਹ ਵੀ ਵਰਤਦਾ ਹੈ। ਓਮ ਕਰੈ ਜਵ ਕਿਰਤ ਮੰਗਾਇਓ, ਔਰ ਗੁਰੂ ਖਾਲਸਾ ਜੀ ਕਈ ਆ ਕੇ ਮਹਾਰਾਜ ਜੀ ਕੋਲੋਂ ਦਾਨ ਲੈ ਕੇ ਜਾਂਦੇ। ਉਹ ਕਹਿੰਦੇ ਕਈ ਬ੍ਰਾਹਮਣ ਵਗੈਰਾ ਨੇ ਉੱਥੇ ਯੱਗ ਕਰਨ ਵਾਲੇ, ਉਹ ਕਹਿੰਦੇ ਮਹਾਰਾਜ ਜੀ ਸਾਨੂੰ ਤਾਂ ਸਮੱਗਰੀ ਚਾਹੀਦੀ ਹੈ। ਮਹਾਰਾਜ ਉਹਨਾਂ ਨੂੰ ਸਮੱਗਰੀ ਜੋ ਮੰਗਦੇ ਨੇ ਦੇ ਦਿੰਦੇ ਹੈ। ਭਾਈ ਲੈ ਜਾਓ, ਜਾ ਕੇ ਭਜਨ ਕਰੋ, ਨਿਰੰਕਾਰ ਦੀ ਬੰਦਗੀ ਕਰੋ। ਕਾਮਨਾ ਪੂਰਨ ਹੋਤ ਅਨੇਕਾਂ, ਅਨੇਕਾਂ ਦੀਆਂ ਭਾਵਨਾਵਾਂ ਮਹਾਰਾਜ ਜੀ ਕੋਲ ਆ ਕੇ ਪੂਰਨ ਹੁੰਦੀਆਂ ਹਨ। ਸ੍ਰੀ ਗੁਰ ਨੈ ਜਸ ਜਉ ਬਿਥਰਾਇਓ, ਮਹਾਰਾਜ ਜੀ ਦਾ ਜਸ ਇਸ ਪ੍ਰਕਾਰ ਨਾਲ ਚਉ ਪਾਸੇ ਫੈਲਿਆ, ਪ੍ਰਤਾਪ ਫੈਲਿਆ ਹੈ। ਰਾਤ ਕੋਠਾਨਕ ਤਿਆਗ ਮਹਾਨ, ਔਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦਯਾਨਿਧ ਸਾਹਿਬ ਜੀ ਇਸ ਪ੍ਰਕਾਰ ਨਾਲ ਕਹਿੰਦੇ ਰਾਤ ਨੂੰ ਵੀ ਮਹਾਰਾਜ ਜੀ ਭਜਨ 'ਚ ਲਵਲੀਨ ਰਹਿੰਦੇ ਹੈ। ਰਾਤ ਵੇਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਨਹੀਂ ਕਰਦੇ, ਨਿਰੰਕਾਰ ਦੀ ਬੰਦਗੀ ਵਿੱਚ ਬਲੀਨ ਰਹਿੰਦੇ ਹਨ। ਅਲਖ ਕੀ ਸੇਵ ਕਰੈ ਔਰ ਮਾਹੀ, ਅਲਖ ਦੀ ਸੇਵਾ ਕਰਦੇ ਆ ਹਿਰਦੇ 'ਚ, ਅਲਖ ਨੂੰ ਧਿਆਉਂਦੇ ਨੇ, ਪਰਮੇਸ਼ਰ ਦਾ ਧਿਆਨ ਹਿਰਦੇ 'ਚ ਧਾਰਦੇ ਹਨ। ਪ੍ਰਾਣ ਨਿਰੋਧ ਕੈ ਔਰ ਦਕੋ ਕਰ, ਔਰ ਯੋਗ ਸਾਧਨਾ ਵੀ ਸਾਧਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਉਸ ਸਮਾਧੀ ਵਿੱਚ ਸਥਿਤ ਹੁੰਦੇ ਨੇ, ਸੁਰਤ ਨੂੰ ਉਰਦਗਾਮੀ ਕਰਦੇ ਨੇ। ਮੁਰਦ ਮਥਿਰਤਾ ਨਾ ਚਲਾਹੀ, ਔਰ ਉਸ ਅਕਾਲ ਪੁਰਖ ਪਰਮੇਸ਼ਰ ਦੇ ਰੂਪ ਵਿੱਚ ਥਿਰਤਾ ਕਰ ਲੈਂਦੇ ਹਨ ਜਿੱਥੋਂ ਇਹ ਮਨ ਚਲਾਏ ਮਾਨ ਨਹੀਂ ਹੁੰਦਾ। ਚੰਚਲ ਕੋ ਮਨ ਕੋ ਬਸ ਮੈਂ ਕਰ, ਜਿਹੜਾ ਚੰਚਲ ਮਨ ਹੈ ਉਹਨੂੰ ਆਪਣੇ ਐਨ ਵਸ 'ਚ ਕੀਤਾ ਹੋਇਆ, ਪੂਰਾ ਕਾਬੂ 'ਚ ਕੰਟਰੋਲ 'ਚ ਕੀਤਾ ਹੋਇਆ ਨੌਵੇਂ ਪਾਤਸ਼ਾਹ ਜੀ ਨੇ। ਪ੍ਰੇਮ ਅਗਾਧ ਤੇ ਨਾ ਇੱਕ ਸਾਹੀ, ਔਰ ਕਹਿੰਦੇ ਸਾਹਿਬ ਦਾ ਮਨ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਨਾਲ ਭਰਿਆ ਪਿਆ ਹੈ, ਲਬਾ ਲਬ ਪਰਮੇਸ਼ਰ ਦੀ ਪ੍ਰੀਤ ਨਾਲ ਭਰਿਆ ਹੋਇਆ। ਕੇਤਕ ਕਾਲ ਬਤੀਤੈ ਬੈਠਤ, ਇੱਦਾਂ ਮਹਾਰਾਜ ਜੀ ਕਈ ਵਾਰ ਸਾਰੀ ਸਾਰੀ ਰਾਤ ਹੀ ਬੈਠੇ ਰਹਿੰਦੇ ਹੈ।
सारी सारी रात ही महाराज जी साधना कर दे ने। श्री परमेश्वर मैं थिर पाही और श्री परमेश्वर विच अपना ध्यान थिर कर दे हन। दोहरा इस बिद करी आराधना अलख रूप गुरदेव। इस प्रकार नाल अलख अकाल पुरख परमेश्वर दी आराधना धन श्री गुरु तेग बहादुर साहब जी महाराज जी ने कीती है। परम प्रसिद्ध जान निस्बासर की सेव। अकाल पुरख जी प्रसन्न ताते भय प्रसन्न गुरदेवा। अकाल पुरख जी प्रसन्न होए महाराज नौवे पातशाह जी ते। दुष्ट दमन पठ बो करे अपनी अंश सुजान। भाई साहब भाई संतोख सिंह जी कहंदे फिर अकाल पुरख जी ने दुष्ट दमन जी नू अपनी अंश बना के कलगी धर दे रूप विच श्री इलाहाबाद दी धरती ते भेजिया है। मोहे पुत्र कर बो चाहत अस संकल्प पछाण। वेख्या के साहब जी अपने हिरदे विच उस महान तपस्वी नू अपने पुत्र बनाण दा संकल्प करी बैठे हन। सवैया छंद तीर्थ राज तरबैणी उपर। तीर्थां दे राजे तरबैणी उत्ते। बीत गए जप हूं खट मास। कहंदे इसे तरह तकरीबन 6 महीने बीत गए इत्थे रहिंदे आ। पुन दान दिन करत बिताए। दिन पुन दान करदिया महाराज जी ने बतीत कीते 6 महीनिया दा समा बीतिया। तही आन कीनस प्रकाश। इत्थे ही आके अकाल पुरख जी ने यानी कि गुरु कलगी धर पातशाह जी ने प्रकाश लिया। प्रकाश दा मतलब है भी माता दे उदर दे विच शरीर दा प्रवेश होया। श्री गुजरी गर्भ धरयो पावन। सत्कार योग माता माता गुजरी जी ने गर्भ धारण कीता है। हरदय चंद समचर उजास। गर्भ दा आशा वधन लगा है जिवें दूज दे चंद्रमा तो बाद चंद्रमा वधदा है। जह कै स्त्री को अवलोका। और कहंदे जितनियां स्त्रियां सन उत्थे सब वधाइयां दिंदियां हन। विस्मय प्रेम परें दुत रास। और प्रेम दे रस विच भिजियां होईयां हन। देख नुखा को मात नानकी। सत्कार योग माता नानकी जी नू जदों पता लगा अपनी नूह राणी गुजरी नू वेख के वधे आनंद हृदय समाए। मां नानकी दे अंदर इन्ना आनंद वधिया भी वह आनंद ओहदे हिरदे च मेमदा नहीं। वह आनंद ओहदे हिरदे च समाउंदा नहीं। मुरपित पूरब की अस पियाना भांत भांत के तीर्थ नाना। जब ही जात त्रिवेणी भये पुन दान दिन करत बिते। तही प्रकाश हमारा पयो महाराज कलगी धर जी कहंदे इलाहाबाद दी धरती ते साडे शरीर दा निवेश प्रवेश मां गुजरी दे उदर दे अंदर होया। इत्थे साडे शरीर दा प्रकाश होया। दान बहुत रंकण को दीनस। मां नानकी नू पता लगा खुशी इन्नी मनाई। जाचकां नू मंगतियां नू माता जी दान दे के नवाज दे हन। लेत अशिखा को हर खाए। लेंदे ने ओ जाचक माता नू गुरु घर दे विच असीसां देंदे हन। महा प्रतापी सुत के सुत हवै। आखदे ने की असीसां देंदे ने जेड़े दान लै के जांदे ने। कहंदे महान प्रतापी सतगुरु श्री गुरु तेग बहादुर साहब दे ग्रह विखे जेड़ा पुत्र होना भी महान प्रतापी होवे। ओदा भी महान प्रताप होवे। पत को बाक अबै बिदताए। माता जी दे मन विच बड़ा प्यार और कहन लगे सोचदे ने भी मेरे पति देव मेरी पीरी दे मालक श्री गुरु हरगोबिंद साहब ने जो वचन कहे सन ना भी तेरे प्रतापी पुत्र दे घर प्रतापी पुत्र होवेगा। ओ वचन हुण पूरा होया है। ਉਹ ਬਚਨ ਹੁਣ ਪੂਰਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਨੂੰ ਮਾਤਾ ਜੀ ਮਨਾਉਂਦੇ ਹਨ। ਸਕਲ ਗੁਰਨ ਕੋ ਮਹਾ ਅਰਾਧਤ। ਸਾਰੇ ਗੁਰੂ ਸਾਹਿਬਾਨਾਂ ਦੀ ਅਰਾਧਨਾ ਕਰਦੇ ਵੱਡਿਆਂ ਸਤਿਗੁਰਾਂ ਦਾ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਧੰਨਵਾਦ ਹੈ। ਹੇ ਗੁਰੂ ਅੰਗਦ ਦੇਵ ਸਾਹਿਬ ਆਪ ਜੀ ਦਾ ਸ਼ੁਕਰ ਹੈ। ਐ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਚ ਕੋਟਾਨ ਕੋਟ
हे गुरु अर्जन देव साहब सच्चे पातशाह आप नू मेरी वंदना है, वंदना है गुरु हर राय साहब गुरु हरगोबिंद साहब जी आप जी दे चरणा विच, ऐ बाला प्रीतम गुरु हर कृष्ण साहब आप जी नू भी मेरी कोटि कोटि नमाम है, और उना दी जोत जिना विच विराजमान है गुरु तेग बहादुर साहब आप जी नू भी मेरी नमस्कार है। एदा माता नानकी गुरु साहबाना दी आराधना करदे शुक्र गुजार हुंदे ने। करहां तिहावल को बरताए, कड़ा प्रसाद दी देग मां ने तैयार करवाई, वड्या सतगुरां दी आराधना करके अरदास कीती, अरदास करके उह कड़ा प्रसाद दी देग सारी संगत विच वरताई। महिमा महापुत्र की जानते, अपने पुत्र दी भी वड्डी भारी महिमा माता नानकी जी जानदे हन, जाते उत्सव को अधकाए, इस करके वड्डा भारी उत्सव माता जी ने कीता है। मन ही मन मनावत प्रभ को, मन ही मन मनाउंदी है माता, मन ही मन आराध दी है माता प्रभु नो, एक अंकार सबन को गाए, कहंदी है मां नानकी हृदय चो एक अंकार सबन को राय है, एक अंकार वाहिगुरु तुसी सारे संसार दे राजे हो, करो मनोरथ पूर्ण मम अब, मेरा ये मनोरथ आप जी कृपा करके पूर्ण कर दियो, रहो प्रतीखत बरख बिताए, मैं बड़िया साला तो उड़ीक दी सी मेरा हुणे मनोरथ पूर्ण कर दियो अकाल पुरख जी, सत बल हार जाऊं तिस दिन पर, मैं उस दिन तो ओ दिन जिस दिन गुरु कलगीधर जी ने आउणा उस दिन तो मैं सदा बलिहार जावा, मैं उस दिन तो वारे जावा, मां नानकी कहिंदी सुत को सुत जब मुख दिखराए, मैं अपने पुत्र दे मुख नू वेखांगी, अपने पुत दे मुख नू वेखांगी, पोतरे दे मुख नू वेखांगी, उस दिन तो मैं बलिहार जावांगी, ओ दिन तो मैं पोसदी दा सतमी दा ओ दिन गुरु खालसा जी सारे साल विच इको वारी आउंदा है, ओ दिन तो बलियार उस दिन तो बारे बारे कुर्बान जिस दिन मेरे साहब जी दा अवतार होना है। हां जी मम सुत के न संतत होई, ये अकाल पुरख बड़े साल हो गए ने मेरे पुत्र दे ब्याह नू, ते बड़े सालां दे बीतन तो बाद मेरे पुत दे घर संतान नहीं होई, सम्मत बीते पांच तजाले, और कहंदे बड़े साल बीत गए इस बांछा नू रख हृदय च रख दिया, तीन लोक पत प्रभ परमेश्वर, ऐ तिन्ना लोकां दे पति प्रभु पार ब्रह्म परमेश्वर जियो, मैं जाने हो अब पलो कृपाल, मैं हुण जान लिया तुसी मेरे ते कृपाल हो गए, तुसी मेरी इच्छा पूरी कर दिती है, पुन तेज को अधक प्रतापी, महान पुंज ते तेज नू धारण करन वाले अधक प्रतापी, जन्मे गो अस सुंदर बाल, ऐसा सुंदर बाल जन्मेगा, धन भाग मैं बनो दिवस तिस, उस दिन मैं धन भागी होवांगी अपने पति दे कीते हुए वचन मैनू उस दिन पूर्ण तौर ते सुख देणगे जिस दिन मैं उस प्रतापी बालक दे दर्शन करांगी और जानांगी मेरे भाग धन हन, हिम माता को मोद विशाले, एदा खालसा जी मां नानकी दे हृदय च बड़ी खुशी है, मां नानकी दे हृदय दे विच बड़ा चाह है, संगत नित प्रति आए कनेरी, बेअंत संगतां रोज आउंदियां इलाहाबाद, गिनती नहीं किन्ने क सिख किन्नी क संगत सतगुरु जी दे चरणा विच रोज आउंदी है, निकट निकट चौं दिसते ब्रिंदे, इलाहाबाद दे नेड़े नेड़े चारे पासे जिथे जिथे भी गुरसिख ने ओ चल के आउंदे हन, श्री गुरु तेग बहादुर दरसा आ के धन गुरु तेग बहादुर साहब दे दर्शन करदे ने, पांच तफल को पाए बिलंद, मन पांच तफल आ के महाराज जी दे कोलों प्राप्त करदे हन, सुत चाहत बित केतक चाहत, और कई आ के महाराज जी दे चरणा चो पुत चाहुंदे है, कोई आ के बित धन चाहुंदा है, ओ अरोग चहें केतक आनंद, और कई चाहुंदे महाराज सानू दे अरोगता प्रदान कर दियो, केतक भगत पाओ को जाचते, पातशाह कोलों पाओ भगती दा ज्ञान प्रेमा भगती दा
ਦਾ ਦਾਨ ਮੰਗਦੇ ਨੇ, ਚਾਹੇ ਸਿਮਰਨ ਸਤਨਾਮ ਮੁਕੰਦ। ਕਈ ਕਹਿੰਦੇ ਮਹਾਰਾਜ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਬਖਸ਼ੋ, ਦੇਹ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ। ਆ ਕੇ ਮਹਾਰਾਜ ਜੀ ਦੇ ਚਰਨਾਂ ਚ ਕਹਿੰਦੇ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਦੇ ਭਿਖਾਰੀ ਹਾਂ, ਆਪ ਜੀ ਦੇ ਚਰਨਾਂ ਦੇ ਜਾਚਕ ਹਾਂ। ਆ ਕੇ ਮਹਾਰਾਜ ਜੀ ਦੇ ਕੋਲੋਂ ਦਾਨ ਮੰਗਦੇ ਨੇ, ਨਾਮ ਮੰਗਦੇ ਹਨ। ਉਪਜੈ ਬ੍ਰਹਮ ਗਿਆਨ ਔਰ ਕੇਤਕ। ਕਈ ਚਾਹੁੰਦੇ ਹੈ ਸਾਡੇ ਹਿਰਦੇ ਚ ਬ੍ਰਹਮ ਗਿਆਨ ਉਪਜਾਵੇ, ਤੇ ਫਿਰ ਉਹਨਾਂ ਦੇ ਹਿਰਦੇ ਚ ਬ੍ਰਹਮ ਗਿਆਨ ਉਪਜਦਾ ਵੀ ਹੈ। ਕਈਆਂ ਨੂੰ ਪਾਤਸ਼ਾਹ ਨੇ ਬ੍ਰਹਮ ਗਿਆਨ ਦੀ ਦਾਤ ਦੇ ਕੇ ਨਵਾਜਿਆ। ਨਾਮ ਨਿਦ ਸਿੱਧਾਂ ਕੇ ਚਿਤ ਪਾਏ। ਕਈਆਂ ਨੂੰ ਮਹਾਰਾਜ ਜੀ ਦੇ ਚਰਨਾਂ ਚੋਂ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਹੁੰਦੀਆਂ। ਇਹ ਤਾਂ ਕਲਗੀਧਰ ਨੇ ਵੀ ਕਿਹਾ ਨਾ, ਤੇਗ ਬਹਾਦਰ ਸਿਮਰਿਆ ਕਰ ਨੌ ਨਿਦ ਆਵੈ ਤਾਏ, ਸਭ ਥਾਈ ਹੋਏ ਕਰ ਨੌ ਨਿਦ ਆਵੈ। ਜਿੱਥੇ ਸਾਹਿਬ ਨੂੰ ਧਿਆਈਏ ਕਹਿੰਦੇ 9 ਨਿਧੀਆਂ 18 ਸਿੱਧੀਆਂ ਦੌੜੀਆਂ ਆਉਂਦੀਆਂ, ਤਾਏ ਦਾ ਮਤਲਬ ਹੁੰਦਾ ਭੱਜ ਕੇ ਆਉਂਦੀਆਂ ਉੱਥੇ, ਵੀ ਉਹਨਾਂ ਨੂੰ ਰੋਕ ਨਹੀਂ ਸਕਦਾ ਕੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਵੀ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਰਾਹ ਦੇ ਵਿੱਚ, ਦੌੜ ਕੇ ਆਉਂਦੀਆਂ ਭੱਜ ਕੇ ਆਉਂਦੀਆਂ ਨੇ। ਜਿੱਥੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਆਰਾਧਨਾ ਹੋਵੇ, ਮਹਾਰਾਜ ਜੀ ਦਾ ਸਿਮਰਨ ਹੋਵੇ, ਪ੍ਰਭ ਕਾ ਸਿਮਰਨ ਰਿਧ ਸਿੱਧ 9 ਨਿਧ, ਇੰਨੀਆਂ ਬਰਕਤਾਂ ਮਹਾਰਾਜ ਜੀ ਕੋਲੋਂ ਪ੍ਰਾਪਤ ਹੋ ਰਹੀਆਂ ਨੇ। ਕੇਤਕ ਸੇਵਤ ਨਿਧ ਪਗ ਪੰਕਜ। ਕਈ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਸੇਵਦੇ ਹਨ, ਬਸੈ ਨਿਕਟ ਦਰਸ਼ਨ ਦਰਸਾਏ। ਮਹਾਰਾਜ ਜੀ ਦੇ ਕੋਲ ਵਸਦੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ। ਕਰੈ ਦੇਖ ਕੋ ਆਨੈ ਜਲ ਕੋ। ਲੰਗਰ ਤਿਆਰ ਹੁੰਦਾ ਖਾਲਸਾ ਜੀ, ਗੁਰੂ ਘਰ ਵਿੱਚ ਹਰ ਇੱਕ ਪ੍ਰਕਾਰ ਦੀ ਸੇਵਾ ਕਰਨ ਵਾਲੇ ਸੇਵਕ ਦਾ ਇੱਕ ਆਪਣਾ ਯੋਗਦਾਨ ਹੈ। ਕੋਈ ਕਿਸ ਢੰਗ ਨਾਲ ਸੇਵਾ ਕਰ ਰਿਹਾ, ਉਹਨਾਂ ਸਾਰਿਆਂ ਦੀ ਸੇਵਾ ਇੱਕ ਅਹਿਮੀਅਤ ਰੱਖਦੀ ਹੈ। ਕੋਈ ਇੱਕ ਵਿਅਕਤੀ, ਹੁਣ ਮੈਂ ਕਹਾਂ ਮੈਂ ਕਥਾ ਕਰ ਰਿਹਾ, ਸਿਰਫ ਮੇਰੀ ਸੇਵਾ ਮਹਾਨ ਹੈ ਨਾ ਭਾਈ, ਤੁਸੀਂ ਸਤਸੰਗਤ ਦੇ ਰੂਪ ਦੇ ਵਿੱਚ ਇਕੱਤਰ ਹੋ ਕੇ ਸਰਵਣ ਕਰ ਰਹੇ ਹੋ, ਇਹ ਵੀ ਇੱਕ ਪ੍ਰਕਾਰ ਦੀ ਸੇਵਾ ਹੈ। ਕੋਈ ਜੋੜੇ ਘਰ ਵਿੱਚ ਬੈਠਾ ਜੋੜੇ ਝਾੜ ਰਿਹਾ, ਉਹ ਵੀ ਇੱਕ ਪ੍ਰਕਾਰ ਦੀ ਸੇਵਾ ਦਾ ਯੋਗਦਾਨ ਹੈ। ਕੋਈ ਲੰਗਰਾਂ ਵਿੱਚ ਲੰਗਰ ਪਕਾਉਣ ਦੀ ਸੇਵਾ ਕਰ ਰਿਹਾ, ਕੋਈ ਬਰਤਨ ਮਾਂਜਣ ਦੀ ਸੇਵਾ ਕਰ ਰਿਹਾ, ਕੋਈ ਕਿਤੇ ਸਾਫ਼ ਸਫਾਈ ਦੀ ਸੇਵਾ ਕਰ ਰਿਹਾ, ਸਾਰਿਆਂ ਦੀ ਸੇਵਾ ਦਾ ਇੱਕ ਆਪਣਾ ਮਹੱਤਵ ਹੈ ਗੁਰੂ ਘਰ ਵਿੱਚ, ਔਰ ਸਾਰਿਆਂ ਵੱਲੋਂ ਕੀਤੀ ਹੋਈ ਸੇਵਾ ਦੇ ਸਹਿਤ ਫਿਰ ਉਹ ਪੂਰਾ ਪ੍ਰਬੰਧ ਜਿਹੜਾ ਹੈ ਉਹ ਚੱਲਦਾ ਹੈ, ਉਹ ਬਣਦਾ ਹੈ। ਤੋ ਇੱਥੇ ਮਹਾਰਾਜ ਜੀ ਦੇ ਕੋਲ ਜਿਹੜੇ ਲੰਗਰਾਂ ਵਿੱਚ ਸੇਵਾ ਕਰਦੇ ਨੇ, ਕਹਿੰਦੇ ਉਹ ਲੰਗਰ ਵਾਸਤੇ ਸੇਵਾ ਕਰਦੇ ਹਨ। ਵਸਤਰ ਪਖਾਰੈ ਤਰ ਚਿਤ ਚਾਏ। ਪਾਣੀ ਭਰ ਕੇ ਲਿਆਉਂਦੇ ਲੰਗਰ ਲਈ, ਔਰ ਕਈ ਜਲ ਲਿਆ ਕੇ ਫਿਰ ਵਸਤਰ ਧੋਣ ਦੀ ਸੇਵਾ, ਉਹ ਵਸਤਰਾਂ ਦੇ ਧੋਣ ਦੀ ਸੇਵਾ ਕਰਦੇ ਨੇ। ਕੇ ਚਿਤ ਭਵਨ ਚੁਲਾਵੈ ਗੁਰ ਕੋ। ਕਈ ਪੱਖਾ ਝੱਲਣ ਦੀ ਸੇਵਾ ਕਰਦੇ, ਕਿਉਂਕਿ ਅੱਜ ਵਾਂਗੂ ਸਾਧਨ ਨਹੀਂ ਸੀ, ਪੱਖਾ ਝੱਲਣ ਦੀ ਸੇਵਾ ਕਰਦੇ ਗਰਮੀ ਦੇ ਵੇਲੇ। ਮਹਾਰਾਜ ਜੀ ਨੂੰ ਵੀ ਪੱਖਾ ਝੱਲਦੇ, ਸਤਿਗੁਰਾਂ ਦੀ ਸੰਗਤ ਨੂੰ ਵੀ ਪੱਖਾ ਝੱਲਦੇ ਹਨ। ਕੋ ਪੰਨਹੀ ਕੋ ਪਹੁੰਚ ਬਣਾਏ। ਮਹਾਰਾਜ ਜੀ ਦੇ ਜੋੜੇ ਨੂੰ ਨਾ ਐਂ ਸਾਫ਼ ਕਰਦਾ, ਪੂੰਝਦਾ, ਅਤੇ ਗੁਰੂ ਕੀ ਸੰਗਤ ਦੇ ਜਿਹੜੇ ਜੋੜੇ ਹੁੰਦੇ ਨੇ ਬੜੇ ਪਿਆਰ ਨਾਲ ਉਹਨੂੰ ਪੂੰਝਦੇ ਹਨ। ਧਰੈ ਭਾਉ ਕੋ ਚਰਨ ਪਖਾਰਾ। ਬੜਾ ਭਾਉ ਹਿਰਦੇ ਚ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਨੂੰ ਧੋਂਦੇ ਹਨ। ਕੋ ਇੰਧਨ ਆਨੈ ਹਰ ਖਾਏ। ਆਈ ਹੋਈ ਸੰਗਤ ਦੇ ਚਰਨ ਧਵਾਉਂਦੇ ਨੇ ਗਰਮ ਪਾਣੀ ਨਾਲ, ਕਿਉਂਕਿ ਪੈਦਲ ਚੱਲ ਕੇ ਆਉਂਦੇ ਸਿੱਖ ਪੈਰ ਸੁੱਜੇ ਹੁੰਦੇ ਸਨ ਤੁਰ ਤੁਰ ਕੇ, ਅਤੇ ਉਹਨਾਂ ਪੈਰਾਂ ਨੂੰ ਫਿਰ ਗਰਮ ਪਾਣੀ ਕਰਕੇ ਧੋਂਦੇ ਕਿ ਪੈਰਾਂ ਦਾ ਸੋਜਾ ਲੈ ਜਾਏ, ਥਕੇਵਾਂ ਲੈ ਜਾਏ। ਅਤੇ ਕੋਈ ਲੱਕੜ ਦੀ ਸੇਵਾ ਕਰਦੇ, ਜੰਗਲ 'ਚੋਂ ਜਾ ਕੇ ਇੰਧਣ ਜਿਹੜਾ ਉਹ ਚੁਣ ਕੇ ਲਿਆਉਂਦੇ ਨੇ। ਸੂਖਮ ਵਸਤਰ ਮੋਲ ਕੋ ਮੋਲ ਬਹੁਦਾਇਕ। ਸੂਖਮ ਧਾਗੇ ਦੇ ਜਿਹੜੇ ਵਸਤਰ ਨੇ ਉਹ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਭੇਟ ਕਰਦੇ ਹਨ। ਕੋ ਪੋਸ਼ਿਸ਼
ਤੇ ਮਾਤਾ ਨਾਨਕੀ ਜੀ ਦੀ ਮਾਤਾ ਗੁਜਰੀ ਲਈ ਉਹ ਗੁਰਸਿੱਖ ਲੈ ਕੇ ਆਉਂਦੇ ਨੇ ਔਰ ਪੈ ਕਰ ਸਤਿਗੁਰ ਕੇ ਜਾਏ ਔਰ ਜਾ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਹ ਵਸਤਰ ਅਰਪਣ ਕਰਦੇ ਹਨ ਅੰਨੈ ਅੰਨ ਕਿਤਕ ਬਹੁ ਸ੍ਰੇਸ਼ਟ ਔਰ ਕਈ ਬਹੁਤ ਪ੍ਰਕਾਰ ਦੇ ਜਿਹੜੇ ਸ੍ਰੇਸ਼ਟ ਅੰਨ ਨੇ ਸ੍ਰੇਸ਼ਟ ਭੋਜਨ ਨੇ ਸ੍ਰੇਸ਼ਟ ਪਕਵਾਨ ਨੇ ਸ੍ਰੇਸ਼ਟ ਮੇਵੇ ਨੇ ਸ੍ਰੇਸ਼ਟ ਫਲ ਨੇ ਉਹ ਮਹਾਰਾਜ ਜੀ ਕੋਲ ਲੈ ਕੇ ਆਉਂਦੇ ਹਨ ਸਿਤਾ ਕ੍ਰਿਤ ਲੰਗਰ ਮੈਂ ਪਾਏ ਗੁਰੂ ਕੇ ਲੰਗਰਾਂ ਵਾਸਤੇ ਕੋਈ ਖੰਡ ਲੈ ਕੇ ਆ ਰਿਹਾ ਕੋਈ ਘਿਓ ਲੈ ਕੇ ਆ ਰਿਹਾ ਕੋਈ ਆਟਾ ਚੁੱਕੀ ਆਉਂਦਾ ਕੋਈ ਦਾਲ ਲਈ ਆਉਂਦਾ ਕੋਈ ਸਬਜ਼ੀ ਭਾਜੀ ਲਈ ਆਉਂਦਾ ਮਹਾਰਾਜ ਜੀ ਦੇ ਲੰਗਰਾਂ ਵਾਸਤੇ ਖਾਲਸਾ ਜੀ ਜਿਹੜੀ ਜਿਹੜੀ ਵਸ ਦੀ ਲੋੜ ਹੁੰਦੀ ਹੈ ਗੁਰੂ ਘਰ ਵਿੱਚ ਉਹ ਵਸਤੂਆਂ ਲਿਆ ਕੇ ਗੁਰਸਿੱਖ ਅਰਪਣ ਕਰਦੇ ਨੇ ਭੇਟਾ ਕਰਦੇ ਹਨ ਕੌਣ ਕੌਣ ਸੇਵਾ ਕੋ ਗਿਣੀਆਂ ਆਹਾ ਕਹਿੰਦੇ ਸੇਵਕਾਂ ਦੀ ਗੁਰੂ ਕੇ ਸਿੱਖਾਂ ਦੇ ਵੱਲੋਂ ਕੀਤੀ ਜਾਂਦੀ ਸੇਵਾ ਦੀ ਕਿਹੜੀ ਕਿਹੜੀ ਸੇਵਾ ਦੀ ਗਿਣਤੀ ਕਰੀਏ ਕੋਈ ਦਸਵੰਧ ਦੀ ਮਾਇਆ ਆਪਣੀ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਅਰਪਣ ਕਰਦੇ ਹਨ ਕਿ ਦਸਵੰਧ ਦੀ ਮਾਇਆ ਨਾਲ ਕਿਉਂਕਿ ਹੋਰ ਵੀ ਬਹੁਤ ਗੁਰੂ ਘਰ ਦੇ ਕਾਰਜ ਨੇ ਜਿਹੜੇ ਮਾਇਆ ਨਾਲ ਹੀ ਹੋਣੇ ਨੇ ਅਤੇ ਉਹਦੇ ਵਾਸਤੇ ਫਿਰ ਗੁਰਸਿੱਖ ਜਿਹੜੇ ਨੇ ਉਹ ਵੱਧ ਤੋਂ ਵੱਧ ਮਾਇਆ ਜਿਹੜੀ ਹੈ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਕੇ ਮੱਥਾ ਟੇਕਦੇ ਹਨ ਕਰਾਂ ਆਨ ਹਿਤ ਨਿਜ ਕਲਿਆਣ ਔਰ ਕਲਿਆਣ ਚਾਹੁੰਦੇ ਆਪਣੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਦਇਆ ਕਰੋ ਸਾਡੀ ਕਲਿਆਣ ਹੋਵੇ ਅਸੀਂ ਮੋਕਸ਼ ਨੂੰ ਪ੍ਰਾਪਤ ਹੋਈਏ ਮਹਾਰਾਜ ਸਾਡਾ ਜਨਮ ਮਰਨ ਕੱਟਿਆ ਜਾਵੇ ਅਸੀਂ ਆਵਾ ਗਾਉਣ ਤੋਂ ਰਹਿਤ ਹੋ ਜਾਈਏ ਹੇ ਨੌਵੇਂ ਪਾਤਸ਼ਾਹ ਸਾਡੇ ਬੰਧਨ ਕੱਟ ਦਿਓ ਨਿਵਾਰ ਦਿਓ ਭਰੀ ਭੀਰ ਸਤਿਗੁਰ ਕੇ ਚੌਂ ਪਾਤਸ਼ਾਹ ਦੇ ਚਾਰੇ ਪਾਸੇ ਇਕੱਠ ਹੀ ਇਕੱਠ ਹੈ ਸੰਗਤ ਦਾ ਸਮੁਦਾਇ ਸਮੁਦਾਇ ਹੈ ਗੁਰਸਿੱਖਾਂ ਦਾ ਘੇਰਾ ਪਾਈ ਰਹਿੰਦੇ ਆ ਮਹਾਰਾਜ ਜੀ ਦੇ ਚਾਰੇ ਪਾਸੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਜਿੱਥੇ ਮਹਾਰਾਜ ਜੀ ਬੈਠਦੇ ਨੇ ਦਰਸ਼ਨ ਦੇਣ ਲਈ ਰੋਹੈ ਨਿਤਾ ਪ੍ਰਤ ਹਿਤ ਨਿਜ ਠਾਣ ਔਰ ਬਹੁਤ ਸਿੱਖ ਤਾਂ ਰੋਜ਼ ਹੀ ਆਉਂਦੇ ਮਹਾਰਾਜ ਜੀ ਕੋਲ ਆਪਣਾ ਹਿਤ ਠਾਣ ਕੇ ਭਾਏ ਸਰਬ ਕੁਛ ਤਰੈ ਕਾਮਨਾ ਜੋ ਜੋ ਕਾਮਨਾ ਧਰਦੇ ਨੇ ਮਨ ਚ ਉਹੀ ਕੁਝ ਮਹਾਰਾਜ ਜੀ ਕੋਲੋਂ ਪ੍ਰਾਪਤ ਹੁੰਦਾ ਹੈ ਓਹੇ ਕੀਰਤਨ ਸੁਣੈ ਸੁਜਾਨ ਕੀਰਤਨ ਹੁੰਦਾ ਮਹਾਰਾਜ ਜੀ ਦੇ ਦਰਬਾਰ 'ਚ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਦੀਆਂ ਛੈਬਰਾਂ ਲਗਾਤਾਰ ਨਿਰੰਤਰ ਇੱਕ ਰਸ ਲੱਗੀਆਂ ਰਹਿੰਦੀਆਂ ਸਾਹਿਬ ਦੇ ਰਬਾਬੀ ਬੜੇ ਪਿਆਰ ਨਾਲ ਕੀਰਤਨ ਗਾਇਨ ਕਰਦੇ ਹਨ ਲੋਕ ਪ੍ਰਲੋਕ ਸੁਧਾਰਿਓ ਕੀਰਤਕ ਔਰ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਬਹਿ ਕੇ ਕੀਰਤਨ ਸੁਣਦੇ ਹਨ ਬੜੇ ਅਦਬ ਨਾਲ ਬੈਠ ਕੇ ਕੀਰਤਨ ਸੁਣਦੇ ਹਨ ਔਰ ਸੁਣ ਕੇ ਆਪਣਾ ਲੋਕ ਪਰਲੋਕ ਦੋਵੇਂ ਜਹਾਨ ਸੁਧਾਰਦੇ ਹਨ ਸਹਿਤ ਸਿੱਧ ਕੇ ਵਿਦਤ ਜਹਾਨ ਔਰ ਕਈ ਤੇ ਸਿੱਧੀਆਂ ਸਹਿਤ ਹੋ ਰਹੇ ਨੇ ਮਹਾਰਾਜ ਜੀ ਦੇ ਕੋਲ ਜਦੋਂ ਸੇਵਾ ਸਿਮਰਨ ਕਰਦੇ ਨੇ ਨਾ ਗੁਰਸਿੱਖ ਤੋ ਸਿੱਧੀਆਂ ਜਿਹੜੀਆਂ ਨੇ ਉਹ ਸੁੱਤੇ ਸਿੱਧ ਗੁਰਸਿੱਖਾਂ ਦੇ ਚਰਨਾਂ 'ਚ ਆ ਜਾਂਦੀਆਂ ਬਦੋ ਬਦੀ ਆ ਜਾਂਦੀਆਂ ਨਾ ਚਾਹੁੰਦਿਆਂ ਹੋਇਆਂ ਪਰ ਗੁਰਸਿੱਖ ਫਿਰ ਵੀ ਉਹਨਾਂ ਨੂੰ ਅਵਰਾ ਸਾਧ ਕਰਕੇ ਤਿਆਗ ਦਿੰਦੇ ਕਿਉਂਕਿ ਜੇ ਸਿੱਧੀਆਂ ਦਾ ਰਸ ਲੈਣ ਲੱਗ ਪਈਏ ਫਿਰ ਭਜਨ ਦਾ ਰਸ ਨਹੀਂ ਲੈ ਹੁੰਦਾ ਰੱਬੀ ਭਜਨ ਦਾ ਰਸ ਲੈਣ ਲਈ ਇਹਨਾਂ ਦਾ ਤਿਆਗੀ ਹੋਣਾ ਪੈਂਦਾ ਹਾਂਜੀ ਨਮੋ ਕਰਨ ਅਵਕਾਸ਼ ਨ ਪਾਵੈ ਕਹਿੰਦੇ ਮਹਾਰਾਜ ਜੀ ਕੋਲ ਸੰਗਤ ਇੰਨੀ ਆਉਂਦੀ ਕਤਾਰਾਂ ਦੂਰ ਦੂਰ ਤੱਕ ਵੀ ਮੱਥਾ ਟੇਕਣ ਨੂੰ ਵੀ ਬੜਾ ਸਮਾਂ ਲੱਗ ਜਾਂਦਾ ਲੈਣ 'ਚ ਲੱਗਿਆ ਹੋਇਆ ਸਮਾਂ ਨਹੀਂ ਲੱਗਦਾ ਕਈਆਂ ਨੂੰ ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸੰਗਤ ਨਹੀਂ ਹਜ਼ਾਰੋਂ ਆਏ ਨਵੀਂ ਸੰਗਤ ਸੈਂਕੜਿਆਂ ਦੀ ਗਿਣਤੀ 'ਚ ਆਉਂਦੀ ਹੈ ਇੱਕ ਰੁੱਕ ਸਦ ਹੋਵੈ ਕਰ ਬੰਦਨ ਇੱਕ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਰੁਕਸਦ ਹੁੰਦੇ ਨੇ ਇੰਨੇ ਨੂੰ ਹੋਰ ਆ ਜਾਂਦੇ ਨੇ ਅਨਕ ਪ੍ਰਕਾਰਨ ਜਸ ਵਿਦਤਾਏ ਜਾਂਦੇ ਨੇ ਉਹ ਮਹਾਰਾਜ ਜੀ ਦਾ ਜਸ ਵਿਸਤਰਤ ਕਰਦਿਆਂ ਜਾਂਦੇ ਮਹਾਰਾਜ ਜੀ ਦਾ ਨਾਂ ਜਿਵੇਂ ਸੁਣਿਆ ਸੀ ਜਿਵੇਂ ਉਪਮਾ ਸੁਣੀ ਸੀ ਕਹਿੰਦੇ ਉਹਦੇ ਨਾਲੋਂ ਤਾਂ ਕਈ ਗੁਣਾ ਵੱਧ ਪ੍ਰਤਾਪੀ ਨੇ ਹਾਂਜੀ ਲਿਆਏ ਤਿਹਾਵਲ ਕਰ ਅਰਦਾਸਨ ਕਈ ਗੁਰਸਿੱਖ ਘਰਾਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲੈ ਕੇ ਆਉਂਦੇ
दिन प्रत बहुत बार बरताए। कड़ा प्रसाद की जो देग आउंदी गुरु घर च अरदास हुंदी है ते फिर वह सारा दिन ही देग वरतदी रहिंदी है सारी संगत दे विच। धन धन चौदेशन सुनावै और चौं पासियां तो महाराज जी दी सिफत सुनाई जांदी है। धन हो महाराज धन हो। गुरसिख घरां चों भी देग तैयार करके लियांदे है। खालसा जी अज कल जिवें हुण दा जिहड़ा वरतारा है कई इतराज करदे आ वी असीं घरों देग तैयार करके लियांदे ते लैंदे नहीं गुरु घर। खालसा जी ओहदे कई कारण बन गए समय दे मुताबक। कई इहो जिहे द्वैशी लोक भी बहुत घटनावां गुरु घरां विच घट चुकियां हन। जहरीलियां चीज़ां मिला करके प्रसाद वंड जांदे आ ते ओह जिन्हां वास्ते फिर ओह संगत वास्ते घातक हो जांदा। इस करके थोड़ी जी सख्ती जिहड़ी आ प्रबंधकां वल्लों कई थावां ते वरती जांदी आ ओहदा इतराज़ नहीं करना चाहीदा सिख नूं। जे भावना होवे कि मैं कड़ा प्रसाद की देग भेट करनी है ते फिर काउंटर लगे ने कड़ा प्रसाद की देग दे उत्थे जथा शक्त जितनी माया अर्पण करके देग लैना चाहे वह लैके अर्पण कर सकता। भावना पूरी हो जाती। सो उन्हां वेलियां विच कोई इदां दा हाले वरतारा नहीं सी। घरां विचों कई सिख देग तैयार करके लैके आउंदे। हुण भी कई नगरां पिंडां दे विच जिहड़े पिंडां दे विच घर ने वह बकायदा घर घर प्रति कईयां दी ड्यूटी लगी हुंदी है भी इन्नी तरीक नूं इन्हां ने देग भेट करनी है। वह चलदा भी है। खैर महाराज जी दे चरणां विच हमेशा कहिंदे कड़ा प्रसाद दी देग आउंदी है और तकरीबन सारा दिन ही संगत विच देग दा प्रसाद वह वरतदा रहिंदा है। इम मंगल सुख के सबदाए। अनेकां प्रकार दे मंगल खुशियां महाराज जी दे चरणां विच वरतदियां ने। दोहरा श्री गुर घर कै वासतै केतक दिवस बिताए। धन श्री गुरु तेग बहादुर साहिब जी महाराज जी ने अपना निवास इत्थे इलाहाबाद कुछ समा रखिया है। कुछ दिन होर बतीत कीते हन। 6 महीने तो वध समा महाराज जी इत्थे रहे ने। भई ते आगे आगे चलना मिलै मंज समुदाए। पातशाह ने हुण तैयारी कीती है इत्थों अगे चलण दी। जदों पता लगा नगर निवासियां नूं साहिब जी जा रहे ने महाराज जी नूं मिलन वास्ते दर्शना वास्ते बेअंत सिख चल के आउण लगे हन। चौपाई सब ते रुकसद होए गुर चाले। सारिया सिखां कोलों संगत कोलों रुकसद हो के महाराज सच्चे पातशाह जी चल पए। वाहन अनक सजाए बिसाले। तकरीबन पिछले 6 महीनिया तो इत्थे डेरा सी। जेडे वाहन ने उना दी साफ सफाई करके शिंगार के उना नू टोरिया है। संग फकीरन को समदाए। सतगुरां दे नाल सैकड़िया दी गिणती च फकीर ने साधु ने सन्यासी ने जेड़े महाराज जी दे नाल ही सतगुरां दे दर्शनां दा आनंद प्राप्त कर रहे ने ओह भी चल पए। कित को तुरंगण पर पट जाए। महाराज जी कोल फौजां भी ने सूरमे भी ने। ਉਹ ਘੋੜਿਆਂ ਤੇ ਸਵਾਰ ਹੋ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਨਾਲ ਚੱਲੇ ਹਨ। ਸੇਵਕਾ ਢੋਰੇ ਸਿਅੰਦਨ ਜਾਤ। ਔਰ ਕਹਿੰਦੇ ਸੇਵਕਾ ਨਾਮ ਹੁੰਦਾ ਹੈ ਵੀ ਸੁੰਦਰ ਜਿਹੜੀਆਂ ਪਾਲਕੀਆਂ ਨੇ ਰਥਾਂ ਨੇ ਡੋਲੇ ਨੇ ਉਹ ਚੱਲ ਰਹੇ ਨੇ। ਤਜ ਪਰਿਆਗ ਕੁਗਮਨੇ ਪ੍ਰਾਤ। ਔਰ ਉਸ ਵਕਤ ਪ੍ਰਯਾਗਰਾਜ ਤੀਰਥ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਹਨ। ਥੋੜੇ ਕੋਸਨ ਡੇਰਾ ਕਰੈ। ਇਲਾਹਾਬਾਦ ਤੋਂ ਥੋੜੇ ਕੋਹ ਦਾ ਹੀ ਪੈਂਡਾ ਤੈਅ ਕੀਤਾ ਤੇ ਡੇਰਾ ਕੀਤਾ ਹੈ। ਸਨੇ ਸਨੇ ਆਗੇ ਚੱਲ ਪਰੈ। ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਵੱਧ ਕੇ ਚੱਲ ਪੈਂਦੇ ਹਨ। ਇਸ ਪਰ ਘਰ ਗਮਨਤ ਗੁਰ ਪੂਰੇ। ਇਸ ਪ੍ਰਕਾਰ ਨਾਲ ਪੂਰਨ ਸਤਿਗੁਰੂ ਦਿਆਲੂ ਸਤਿਗੁਰੂ ਸਹਿਜੇ ਸਹਿਜੇ ਚੱਲਦੇ ਜਾ ਰਹੇ ਨੇ। ਜਿਸ ਕੇ ਗੁਣ ਗਨ ਪਾਵਨ ਰੂਰੇ। ਔਰ ਮਹਾਰਾਜ ਜੀ ਜਿਨ੍ਹਾਂ ਦੇ ਗੁਣ ਬੜੀ ਪਵਿੱਤਰ ਨੇ ਬੜੀ ਸੁੰਦਰ ਹਨ। ਕਾਂਸੀ ਪੂਰੀ ਪਹੁੰਚੇ ਜਾਏ। ਮਹਾਰਾਜ ਜੀ ਇਲਾਹਾਬਾਦ ਤੋਂ ਚੱਲੇ ਰਸਤੇ ਚ
ਹਿੰਦੁਸਤਾਨ ਦੀ ਉਸ ਵੇਲੇ ਵਿੱਦਿਆ ਦੀ ਮੰਨੀ ਜਾਂਦੀ ਪ੍ਰਸਿੱਧ ਨਗਰੀ ਕਾਂਸ਼ੀ, ਜਿਸ ਨੂੰ ਬਨਾਰਸ ਵੀ ਕਹਿੰਦੇ ਨੇ, ਵਾਰਾਣਸੀ ਵੀ ਕਹਿੰਦੇ ਨੇ, ਸ਼ਿਵ ਨਗਰੀ ਵੀ ਕਹਿੰਦੇ ਨੇ, ਕਈ ਨਾਂ ਨੇ ਇਹਦੇ। ਚੱਲ ਕੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਕਾਂਸ਼ੀ ਪਹੁੰਚੇ ਹਨ, ਬਨਾਰਸ ਪਹੁੰਚੇ ਹਨ। ਹੇਰਾ ਕਰਿਓ ਹੇਰ ਸੁਭ ਥਾਏ। ਬਨਾਰਸ ਵਿੱਚ ਗੁਰੂ ਕੀ ਸਿੱਖੀ ਬਹੁਤ ਸੀ ਖਾਲਸਾ ਜੀ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬਨਾਰਸ ਦੇ ਵਿੱਚ ਜਿੰਨਾ ਚਿਰ ਰਹੇ ਉਹਨਾਂ ਨੇ ਬਹੁਤ ਸਾਰੇ ਸਿੱਖ ਇੱਥੇ ਪੈਦਾ ਕੀਤੇ, ਬਹੁਤ ਸਾਰੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ, ਬਹੁਤ ਸਿੱਖੀ ਦਾ ਪ੍ਰਭਾਵ ਸੀ ਬਨਾਰਸ ਵਿੱਚ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ ਸਨ, ਅਤੇ ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਨਿਵਾਸ ਰਿਹਾ ਉਸ ਅਸਥਾਨ ਨੂੰ ਗੁਰਦੁਆਰਾ ਚੇਤਨ ਮੱਠ ਸਾਹਿਬ ਕਹਿੰਦੇ ਹਨ, ਅਤੇ ਨੌਵੇਂ ਪਾਤਸ਼ਾਹ ਦਾ ਵੀ ਪਵਿੱਤਰ ਅਸਥਾਨ ਹੈ ਜਿੱਥੇ ਮਹਾਰਾਜ ਜੀ ਠਹਿਰੇ ਨੇ। ਤੋ ਚੱਲ ਕੇ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਬਨਾਰਸ ਆਏ ਨੇ, ਇੱਥੇ ਮਹਾਰਾਜ ਜੀ ਨੇ ਆ ਕੇ ਆਪਣਾ ਨਿਵਾਸ ਕੀਤਾ ਹੈ। ਬਨਾਰਸ ਦੀ ਧਰਤੀ 'ਤੇ ਮਹਾਰਾਜ ਜੀ ਨੇ ਜੋ ਚੋਜ ਕੀਤੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ ਬੇਨਤੀ ਹੈ ਕੜਾਹ ਪ੍ਰਸ਼ਾਦ ਵੰਡਣ ਵਾਲੇ ਸਿੰਘਾਂ ਨੂੰ ਕਿ ਜਿੰਨੇ ਦਿਨ ਮੂਲ ਮੰਤਰ ਦਾ ਜਾਪ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ, ਓਨੇ ਦਿਨ ਜੋ ਕੜਾਹ ਪ੍ਰਸ਼ਾਦ ਦੀ ਦੇਗ ਹੈ ਉਹ ਮੂਲ ਮੰਤਰ ਦੀ ਜਦੋਂ ਸਮਾਪਤੀ ਹੋਵੇ ਉਦੋਂ ਵਰਤਾਈ ਜਾਵੇ, ਔਰ ਨਾਲ ਬੈਠ ਕੇ